ਹਾਂਜੀ, ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਕਲਾਸਿਸ ਜਲਾਲਾਬਾਦ ਦੇ ਉੱਪਰ। ਉਮੀਦ ਕਰਦਾ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਕਲਾਸ ਆਪਣੀ ਇੱਕ ਅੱਧਾ ਮਿੰਟ ਲੇਟ ਆ, ਤੁਸੀਂ ਦੱਸ ਦਿਓ ਵੀ ਕਲਾਸ ਵਗੈਰਾ ਬਿਲਕੁਲ ਰੈਡੀ ਆ, ਆਵਾਜ਼ ਵਗੈਰਾ ਵੀਡੀਓ ਵਗੈਰਾ ਸਭ ਕੁਛ। ਗੁੱਡ ਮੋਰਨਿੰਗ ਜੀ, ਕੁਲਵਿੰਦਰ ਕੌਰ, ਹਰਪ੍ਰੀਤ ਬਰਾੜ ਜੀ, ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ, ਸਤਿ ਸ੍ਰੀ ਅਕਾਲ, ਗੁੱਡ ਮੋਰਨਿੰਗ ਜੀ ਸਭ ਨੂੰ। ਜਿਹੜੇ ਵੀ ਮੇਰੇ ਦੋਸਤ ਆ ਚੁੱਕੇ ਆ, ਮੈਨੂੰ ਦੱਸ ਦਿਓ ਵੀ ਆਵਾਜ਼ ਵਗੈਰਾ ਸਭ ਓਕੇ ਆ। ਬਿਲਕੁਲ ਆਵਾਜ਼ ਵਗੈਰਾ ਸਭ ਓਕੇ ਆ। ਤੇ ਭਾਈ ਜਿਹੜੀ ਆਪ ਤੁਹਾਡੀ ਫੰਡਾਮੈਂਟਲ ਡਿਊਟੀ ਹੁੰਦੀ ਆ, ਉਸਨੂੰ ਆਉਂਦਿਆਂ ਹੀ ਪੂਰਾ ਕਰਦਿਆ ਕਰੋ, ਤੇ ਉਹ ਤੁਹਾਨੂੰ ਪਤਾ ਹੀ ਆ, ਮੈਨੂੰ ਕਹਿਣ ਦੀ ਜ਼ਰੂਰਤ ਨਾ ਹੋਵੇ। ਠੀਕ ਹੈ ਜੀ, ਕੀ ਆ ਤੁਹਾਡੀ ਫੰਡਾਮੈਂਟਲ ਡਿਊਟੀ? ਉਹ ਆ ਭਾਈ ਕਲਾਸ ਨੂੰ ਲਾਈਕ ਕਰਨਾ ਤੇ ਨਾਲ ਦੀ ਨਾਲ ਸ਼ੇਅਰ ਕਰਨਾ ਸਾਰੇ ਗਰੁੱਪਸ ਦੇ ਵਿੱਚ। ਠੀਕ ਹੈ ਜੀ, ਤਾਂ ਭਾਈ ਮੈਂ ਵੀ ਕਲਾਸ ਨੂੰ ਸ਼ੇਅਰ ਕਰ ਰਿਹਾ, ਤੁਸੀਂ ਵੀ ਕੀ ਕਰੋ, ਸਾਰੇ ਦੋਸਤ ਮੇਰੇ ਜਿੰਨੇ ਵੀ ਆ, ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਠੀਕ ਹੈ ਜੀ, ਤਾਂ ਚੱਲਦੇ ਹਾਂ ਆਪਾਂ ਆਪਣੀ ਅੱਜ ਦੀ ਅਨਾਊਂਸਮੈਂਟ ਦੇ ਉੱਪਰ। ਆਪਣੀ ਅੱਜ ਦੀ ਅਨਾਊਂਸਮੈਂਟ ਕੀ ਆ, ਤੁਹਾਨੂੰ ਸਭ ਨੂੰ ਪਤਾ ਹੀ ਹੁੰਦਾ ਵੀ ਆਪਾਂ ਪੀਐਸ ਟੈਟ ਦਾ ਆਨਲਾਈਨ ਤੇ ਆਫਲਾਈਨ ਦੇ ਵਿੱਚ ਜਿਹੜਾ ਬੈਚ ਸਟਾਰਟ ਕਰ ਚੁੱਕੇ ਹਾਂ ਮਾਰਚ ਮਹੀਨੇ ਦੇ ਵਿੱਚ, ਤੇ ਜਿਸ ਦੇ ਵਿੱਚ ਤੁਹਾਨੂੰ ਸਾਰੇ ਵੀਡੀਓ ਰਿਕਾਰਡ ਲੈਕਚਰ ਆਪਣੇ ਮਿਲ ਜਾਣਗੇ, ਨਾਲ ਦੀ ਨਾਲ ਸਾਰੇ ਨੋਟਸਾਂ ਦੀ ਪੀਡੀਐਫ ਮਿਲ ਜੂਗੀ, ਐਮਸੀਕਿਊ ਵੀ ਮਿਲ ਜਾਣਗੇ, ਟੈਕਸ ਸੀਰੀਜ਼ ਵੀ ਮਿਲ ਜੂਗੀ, ਤੇ ਨਾਲ ਦੀ ਨਾਲ ਤੁਹਾਡੇ ਡਾਊਟ ਸੈਸ਼ਨ ਵੀ ਕਲੀਅਰ ਕਰਦੇ ਜਾਣਗੇ, ਜਿਨ੍ਹਾਂ ਦੇ ਵੀ ਹੋਣਗੇ। ਕੋਈ ਇੱਕ ਦਿਨ ਰੱਖ ਲਾ ਕਰਾਂਗੇ ਆਪਾਂ ਵੀ ਜਿਨ੍ਹਾਂ ਦੇ ਡਾਊਟ ਆ। ਠੀਕ ਹੈ ਜੀ, ਵੋਇਸ ਕਲੀਅਰ ਸਰ? ਓਕੇ ਜੀ, ਓਕੇ, ਧੰਨਵਾਦ ਜੀ, ਵੋਇਸ ਕਲੀਅਰ ਆ ਤਾਂ ਠੀਕ ਹੈ ਜੀ। ਜਿਸ ਦੇ ਵਿੱਚ ਤੁਹਾਨੂੰ ਪੇਪਰ 1 ਤੇ ਪੇਪਰ 2 ਦੀ ਤਿਆਰੀ ਜਿਹੜੀ ਆ ਆਨਲਾਈਨ ਪਲੱਸ ਆਫਲਾਈਨ ਮੋਡ ਦੇ ਵਿੱਚ ਕਰਾਈ ਜਾਊਗੀ। ਦੇਖੋ ਜਿਹੜੇ ਤਾਂ ਜਲਾਲਾਬਾਦ ਦੇ ਲੋਕਲ ਸਟੂਡੈਂਟ ਆ, ਠੀਕ ਹੈ ਜੀ, ਉਹ ਸਾਡੇ ਕੋਲ ਇੱਥੇ ਅਕੈਡਮੀ ਵਿਜ਼ਿਟ ਕਰਕੇ ਤਿਆਰੀ ਕਰ ਸਕਦੇ ਆ, ਨਹੀਂ ਤਾਂ ਫਿਰ ਤੁਸੀਂ ਸਾਡਾ ਆਨਲਾਈਨ ਬੈਚ ਵੀ ਪਰਚੇਜ ਕਰ ਸਕਦੇ ਹੋ। ਠੀਕ ਹੈ ਜੀ, ਚਲੀਏ ਆਪਾਂ ਅੱਜ ਦੇ ਫਸਟ ਕੁਐਸਚਨ ਦੇ ਉੱਪਰ। ਹਾਂਜੀ, ਆ ਗਿਆ ਜੀ, ਦੱਸ ਦਿਓ ਬਈ ਅੱਜ ਦਾ ਜਿਹੜਾ ਫਸਟ ਕੁਐਸਚਨ ਆ, ਦਾ ਗੰਧਾਰ ਕਲਾ ਆਰਟ ਫੋਲੋ, ਠੀਕ ਹੈ ਜੀ, ਇਨ ਦਾ ਰੀਜ਼ਨ ਆਫ ਗੰਧਾਰ ਕਲਾ ਸ਼ੈਲੀ ਜਿਹੜੀ ਸੀਗੀ ਇੱਕ ਪ੍ਰਕਿਰਤੀ ਸੀਗੀ, ਇਸ ਖੇਤਰ ਦੇ ਵਿੱਚ ਵਿਕਸਿਤ ਹੋਈ ਸੀਗੀ, ਕਿ ਉਹ ਮੁਲਤਾਨ ਦੇ ਝੰਗ ਦੇ ਵਿੱਚ ਹੋਈ ਸੀਗੀ, ਰਾਵਲਪਿੰਡੀ ਅਤੇ ਪੇਸ਼ਾਵਰ ਦੇ ਵਿੱਚ ਹੋਈ ਸੀਗੀ, ਜਲੰਧਰ ਅਤੇ ਲੁਧਿਆਣੇ ਦੇ ਵਿੱਚ ਹੋਈ ਸੀਗੀ, ਜਾਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿੱਚ ਹੋਈ ਸੀਗੀ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ, ਹੈਲੋ ਜੀ, ਹੈਲੋ, ਤੁਸੀਂ ਮੈਨੂੰ ਇਸਦਾ ਆਨਸਰ ਦੇ ਦਿਓ, ਰਾਈਟ ਕੀ ਹੋਏਗਾ। ਠੀਕ ਹੈ ਜੀ, ਤੇ ਨਾਲ ਦੀ ਨਾਲ ਇਸ ਦੇ ਬਾਰੇ ਜੇਕਰ ਹੋਰ ਮੇਰੇ ਦੋਸਤ ਨੂੰ ਵੀ ਜਾਣਕਾਰੀ ਹੈਗੀ ਆ ਤਾਂ ਉਹ ਵੀ ਦੱਸ ਦਿਓ ਬਈ, ਨਾਲ ਦੀ ਨਾਲ ਵੀ ਇਹਦੇ ਬਾਰੇ ਹੋਰ ਜਿਹਨੂੰ ਵੀ ਜਾਣਕਾਰੀ ਆ, ਇਸਦਾ ਮੈਨੂੰ ਰਾਈਟ ਆਨਸਰ ਦੇ ਦਿਓ ਕੀ ਹੋਏਗਾ। ਸੁੱਖ ਕੌਰ ਦਾ ਇਸਦਾ ਇਹ ਆਇਆ ਮੁਲਤਾਨ ਅਤੇ ਝੰਗ। ਠੀਕ ਹੈ ਜੀ, ਸੁੱਖ ਕੌਰ ਦਾ ਇਸਦਾ ਇਹ ਆਇਆ, ਤੇ ਜੇਕਰ ਮੈਂ ਇਸਦੇ ਬਾਰੇ ਹੋਰ ਤੁਹਾਨੂੰ ਡਿਟੇਲ ਦੱਸਾਂ, ਇਹ ਰਾਵਲਪਿੰਡੀ ਦੇ ਉਹਦੇ ਜਿਹੜੇ ਨਾਲ ਦੇ ਇਲਾਕੇ ਸੀਗੇ, ਠੀਕ ਹੈ ਜੀ, ਉਸਦੇ ਵਿੱਚ ਕੀ ਸੀਗੀ ਇਹ ਫੇਮਸ ਸੀਗੀ। ਠੀਕ ਹੈ ਜੀ, ਰਾਵਲਪਿੰਡੀ ਤੇ ਪੇਸ਼ਾਵਰ ਮੁਲਤਾਨ ਦੇ ਵਿੱਚ, ਠੀਕ ਹੈ ਜੀ, ਪੇਸ਼ਾਵਰ, ਪੇਸ਼ਾਵਰ ਦੇ ਵਿੱਚ, ਰਾਵਲਪਿੰਡੀ ਤੇ ਪੇਸ਼ਾਵਰ ਦੇ ਵਿੱਚ। ਇਸਦਾ ਰਾਈਟ ਆਂਸਰ ਕੀ ਹੋ ਜਾਊਗਾ? ਬੀ ਆਪਸ਼ਨ ਇਸਦਾ ਰਾਈਟ ਆਂਸਰ ਹੋ ਜਾਊਗਾ। ਇਹ ਭਾਈ ਇੱਕ ਜਿਸ ਤਰੀਕੇ ਮੂਰਤੀਆਂ ਆਪਣੀ ਸ਼ੈਲੀ ਸੀਗੀ ਨਾ, ਮੂਰਤੀ ਕਲਾ ਉਸੇ ਪ੍ਰਕਾਰ ਦੀ ਸੇਮ ਟੂ ਸੇਮ ਡਿਟੋ ਸ਼ੈਲੀ ਸੀਗੀ, ਜਿਹੜੀ ਕਿ ਆਪਣੇ ਪੁਰਾਤਨ ਇਤਿਹਾਸ ਦੇ ਬਾਰੇ ਆਪਾਂ ਨੂੰ ਦੱਸਦੀ ਆ। ਠੀਕ ਹੈ ਜੀ, ਗੁੱਡ ਮੋਰਨਿੰਗ ਜੀ, ਗੁੱਡ ਮੋਰਨਿੰਗ ਜਗਰੂਪ ਸਿੰਘ ਜੀ, ਗੁੱਡ ਮੋਰਨਿੰਗ,
ਠੀਕ ਹੈ ਜੀ, ਅੱਗੇ ਚੱਲੋ ਤੁਸੀਂ ਸਾਰੇ ਦੋਸਤ, ਕੀ ਆ ਸਾਡੇ ਨੂੰ ਆਇਆ ਕਰੋ, ਅੱਜ ਕਲਾਸ 2-4 ਮਿੰਟ ਲੇਟ ਆ, ਚਲੋ ਕੋਈ ਗੱਲ ਨਹੀਂ। ਪੂਰਨ ਭਗਤ ਇਸ ਖੇਤਰ ਨਾਲ ਸੰਬੰਧਿਤ ਸਨ, ਪੂਰਨ ਭਗਤ ਸੀਗੇ ਜਿਹੜੇ ਉਹ ਕਿਸ ਖੇਤਰ ਦੇ ਨਾਲ ਸੰਬੰਧਿਤ ਸੀਗੇ, ਕੀ ਉਹ ਸਿਆਲਕੋਟ ਦੇ ਨਾਲ ਸੰਬੰਧਿਤ ਸੀਗੇ, ਪਟਿਆਲਾ ਦੇ ਨਾਲ ਸੀਗੇ, ਕਾਂਗੜਾ ਦੇ ਨਾਲ ਸੀਗੇ ਜਾਂ ਲਾਹੌਰ ਦੇ ਨਾਲ ਸੀਗੇ, ਕਿਸ ਖੇਤਰ ਨਾਲ ਪੂਰਨ ਭਗਤ ਸੀਗੇ ਜਿਹੜੇ ਉਹ ਸੰਬੰਧਿਤ ਸੀਗੇ। ਤੇ ਸਾਰੇ ਦੋਸਤ ਕੀ ਕਰੋ ਭਾਈ, ਕਲਾਸ ਨੂੰ ਇੱਕ ਵਾਰ ਲਾਈਕ ਤੇ ਸ਼ੇਅਰ ਜ਼ਰੂਰ ਹੀ ਕਰੋ, ਸਾਰੇ ਦੋਸਤ ਕੀ ਕਰੋ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ, ਠੀਕ ਹੈ ਜੀ। ਇਸਦਾ ਮੈਨੂੰ ਰਾਈਟ ਆਨਸਰ ਦੱਸ ਦਿਓ, ਠੀਕ ਹੈ ਜੀ। ਜਿਹੜੇ ਮੇਰੇ ਅੱਜ ਦੋਸਤ ਅਜੇ ਤੱਕ ਲਾਈਵ ਨਹੀਂ ਆਏ, ਪਤਾ ਨਹੀਂ ਕੀ ਕਾਰਨ ਆ ਭਾਈ ਅਜੇ ਤੱਕ ਲਾਈਵ ਨਹੀਂ ਆਏ, ਅੱਗੇ ਆ ਜਾਂਦੇ ਆ, ਠੀਕ ਹੈ ਜੀ। ਸਾਰੇ ਦੋਸਤਾਂ ਦਾ ਸਵਾਗਤ ਕਰਦੇ ਹਾਂ। ਸਾਰੇ ਦੋਸਤ ਕੀ ਕਹਿ ਰਹੇ ਆ, ਇਸਦਾ ਆਨਸਰ ਪਟਿਆਲਾ ਨਹੀਂ ਸੁੱਖ ਜੀ, ਪਟਿਆਲਾ ਨਹੀਂ ਹੋਏਗਾ, ਦੂਜੇ ਦਾ ਸੀ, ਦੂਜੇ ਦਾ ਸੀ ਲਾਹੌਰ ਕਹਿ ਰਹੇ ਆ, ਠੀਕ ਹੈ ਜੀ। ਹੋਰ ਦੱਸ ਦਿਓ ਭਾਈ, ਕਾਂਗੜਾ ਰਹਿ ਗਿਆ ਤੇ ਸਿਆਲਕੋਟ ਰਹਿ ਗਿਆ, ਇਸਦਾ ਰਾਈਟ ਆਨਸਰ ਦੱਸ ਦਿਓ ਮੈਨੂੰ। ਸੀ 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 ਨਹੀਂ ਭਾਈ, ਇਸਦਾ ਸੀ ਆਨਸਰ ਨਹੀਂ ਹੋਊਗਾ, ਰਾਈਟ ਆਨਸਰ ਹੋਊਗਾ ਏ, ਠੀਕ ਹੈ ਜੀ। ਜਿਹੜੇ ਪੂਰਨ ਭਗਤ ਸੀਗੇ ਇਹ ਕੀ ਹੈ, ਸਿਆਲਕੋਟ ਦੇ ਇੱਕ ਰਾਜਾ ਸੀਗੇ, ਤੇ ਜਿਹੜੇ ਇਹਨਾਂ ਦੇ ਫਾਦਰ ਸੀਗੇ ਉਹ ਵੀ ਇੱਕ ਰਾਜਾ ਸੀਗੇ, ਤੇ ਅੱਗੋਂ ਜਿਹੜੇ ਪੂਰਨ ਭਗਤ ਸੀਗੇ ਇਹ ਵੀ ਕੀ ਸੀਗੇ, ਇੱਕ ਰਾਜਾ ਸੀਗੇ। ਹਾਂਜੀ ਹਾਂਜੀ, ਸੀ ਸੀ ਨਹੀਂ ਭਾਈ, ਇਸਦਾ ਸੀ ਆਨਸਰ ਨਹੀਂ ਹੋਏਗਾ। ਜੇਕਰ ਅੱਜ ਦੇ ਸਮੇਂ ਆਪਾਂ ਦੇਖੀਏ ਵੀ ਇਹਨਾਂ ਨੂੰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਤਾਂ ਅੱਜ ਦੇ ਸਮੇਂ ਪੂਰਨ ਭਗਤ ਨੂੰ ਬਾਬਾ ਸਹਿਜਨਾਥ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ, ਠੀਕ ਹੈ ਜੀ। ਅੱਜ ਦੇ ਸਮੇਂ ਇਹਨਾਂ ਨੂੰ ਇਸ ਦੇ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਕੀ ਸੀਗੀ ਆਪਣੀ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਇੱਕ ਸੁਣੀ ਸੁਣਾਈ ਗਾਥਾ ਸੀਗੀ ਪੂਰਨ ਭਗਤ ਦੀ, ਠੀਕ ਹੈ ਜੀ। ਇਸ ਦੇ ਉੱਪਰ ਐਪੀਸੋਡ ਵੀ ਕਾਫੀ ਬਣੇ ਹੋਏ ਆ, ਠੀਕ ਹੈ ਜੀ। ਇਹਨਾਂ ਦੀ ਮਾਂ ਦਾ ਨਾਮ ਦੱਸ ਸਕਦਾ ਹੈ, ਕੱਲ ਮੇਰੀ ਮੈਂ ਨਹੀਂ ਆ ਪਾਈ, ਸੋਰੀ ਸਰ, ਕੋਈ ਚੱਕਰ ਨਹੀਂ ਕੁਲਵਿੰਦਰ ਕੌਰ ਜੀ, ਕੋਈ ਚੱਕਰ ਨਹੀਂ, ਮੈਂ ਦੇਖ ਲਿਆ ਸੀਗਾ ਮੈਸੇਜ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਿਹਾ ਸੀਗਾ, ਚਲੋ ਕੋਈ ਗੱਲ ਨਹੀਂ, ਕੋਸ਼ਿਸ਼ ਕਰਿਆ ਕਰੋ ਆਉਣ ਦੀ, ਠੀਕ ਹੈ ਜੀ। ਬਾਬਾ ਸਹਿਜਨਾਥ ਵਜੋਂ ਜਾਣੇ ਜਾਂਦੇ ਸੀ। ਅੱਗੇ ਚੱਲੋ, ਚੰਦਰ ਗ੍ਰਹਿ ਕਦੋਂ ਲੱਗਦਾ ਹੈ, ਠੀਕ ਹੈ ਜੀ, ਚੰਦਰ ਗ੍ਰਹਿ ਕਦੋਂ ਲੱਗਦਾ, ਇਸਦਾ ਰਾਈਟ ਆਨਸਰ ਦੱਸ ਦਿਓ, ਠੀਕ ਹੈ ਜੀ। ਕਿਉਂਕਿ ਭਾਈ ਕੱਲ ਵੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੇ ਇਸ ਦੇ ਵਿੱਚ ਰਹਿਣਗੇ ਆਪਣੇ ਮਿਕਸ ਕੁਐਸਚਨ ਰਹਿਣਗੇ, ਇਕੱਲੇ ਹਿਸਟਰੀ ਦੇ ਕੁਐਸਚਨ ਨਹੀਂ ਰਹਿਣਗੇ, ਸਾਰੇ ਕੁਐਸਚਨ ਕੀ ਆਪਣੇ ਮਿਕਸ ਚੱਲਣਗੇ ਇਸ ਦੇ ਵਿੱਚ। ਉਹਦਾ ਕਾਰਨ ਕੀ ਆ, ਇਹ ਪੀਐਸ ਟੈਟ ਪੰਜਾਬ ਪੁਲਿਸ, ਠੀਕ ਹੈ ਜੀ, ਤੇ ਜਾਂ ਪੀ ਟ੍ਰਿਪਲਸ ਵੀ, ਇਸ ਦੇ ਰਿਲੇਟਡ ਹੀ ਕੁਐਸਚਨ ਰਹਿਣਗੇ। ਕਿਉਂਕਿ ਜੇਕਰ ਆਪਾਂ ਮਾਸਟਰ ਕੈਡਰ ਦੀ ਗੱਲ ਕਰੀਏ ਤਾਂ ਉਸਦੇ ਲਈ ਅਲੱਗ ਤੋਂ ਕਲਾਸਾਂ ਆਪਣੀਆਂ ਡੇਲੀ ਵਾਈਜ਼ ਯੂਟਿਊਬ ਦੇ ਉੱਪਰ ਚੱਲ ਰਹੀਆਂ ਨੇ, ਸ਼ਡਿਊਲ ਤੁਹਾਨੂੰ ਮਿਲ ਹੀ ਗਿਆ ਹੋਊਗਾ, ਠੀਕ ਹੈ ਜੀ। ਚਲੋ ਜੀ, ਓਕੇ ਸਰ, ਕੱਲ ਚਲੋ ਜੀ। ਚੰਦਰ ਗ੍ਰਹਿ ਕਦੋਂ ਲੱਗਦਾ ਹੈ, ਸੂਰਜ ਧਰਤੀ ਅਤੇ ਚੰਦਰਮਾ ਜਦੋਂ ਵਿਚਕਾਰ ਆ ਜਾਂਦੇ ਨੇ, ਜਾਂ ਚੰਦਰਮਾ ਸੂਰਜ ਅਤੇ ਧਰਤੀ ਵਿਚਕਾਰ ਹੁੰਦੀ ਹੈ, ਜਾਂ ਧਰਤੀ ਸੂਰਜ ਅਤੇ ਚੰਦਰਮਾ ਵਿਚਕਾਰ ਹੁੰਦੇ ਨੇ, ਜਾਂ ਧਰਤੀ ਸੂਰਜ ਅਤੇ ਮੰਗਲ ਗ੍ਰਹਿ ਵਿਚਕਾਰ ਹੁੰਦੇ ਨੇ, ਇਸਦਾ ਰਾਈਟ ਆਨਸਰ ਕੀ ਹੋ ਜਾਊਗਾ। ਮੇਰੇ ਇਹੀ ਕੋਸ਼ਿਸ਼ ਰਹਿੰਦੀ ਆ, ਮੇਰੇ ਨਾਲ ਜਿਸ ਟਾਈਪ ਦਾ ਮਰਜ਼ੀ ਸਟੂਡੈਂਟ ਜੁੜਿਆ ਹੋਇਆ, ਮਾਸਟਰ ਕੈਡਰ ਵਾਲਾ, ਪੀ ਟੈਟ ਵਾਲਾ, ਪੰਜਾਬ ਪੁਲਿਸ ਵਾਲਾ, ਠੀਕ ਹੈ ਜੀ, ਸਾਰਿਆਂ ਦੇ ਲਈ ਕੀ ਹੈ, ਕੁਛ ਨਾ ਕੁਛ ਕਲਾਸ ਦੇ ਵਿੱਚ ਲਿਆਂਦਾ ਜਾਏ, ਸਭ ਦੇ ਲਈ ਹੈ। ਹਿਸਟਰੀ ਦੇ ਵੀ ਕੁਸ਼ਚਨ ਵੀ ਆ, ਠੀਕ ਹੈ ਜੀ, ਪੋਲਟੀ ਵੀ ਕਾਫੀ ਰਹੂਗੀ ਅੱਜ ਦੀ ਕਲਾਸ ਦੇ ਵਿੱਚ, ਹੋਰ ਵੀ ਸਾਰੇ ਸਬਜੈਕਟ ਹੀ ਰਹਿਣਗੇ। ਜੋਗ੍ਰਾਫੀ ਦਾ ਕੁਸ਼ਚਨ ਤੁਹਾਡੇ ਸਾਹਮਣੇ ਆ ਸੋਲਰ ਸਿਸਟਮ ਤੋਂ, ਠੀਕ ਹੈ ਜੀ। ਸੁੱਖ ਕੌਰ ਦਾ ਤੀਜੇ ਦਾ ਸੀ ਕਹਿ ਰਹੇ ਆ, ਤੀਜੇ ਦਾ ਸੀ ਕਹਿ ਰਹੇ ਆ, ਅਰਥ ਇਸ ਦਾ ਬਿਟਵੀਨ ਸਨ ਐਂਡ ਮੂਨ, ਬਿਲਕੁਲ ਰਾਈਟ ਆਨਸਰ ਹੈ ਜੀ। ਜਦੋਂ ਧਰਤੀ ਸੂਰਜ ਅਤੇ ਚੰਨ ਵਿਚਕਾਰ ਆ ਜਾਂਦੇ ਆ, ਤਾਂ ਜਿਹੜਾ ਪਰਛਾਵਾਂ ਹੈ ਉਹਦਾ ਉੱਪਰ ਪੈਂਦਾ ਹੁੰਦਾ ਹੈ, ਤੇ ਆਪਣੇ ਕੋਲ ਕੀ ਲੱਗਦਾ ਹੁੰਦਾ, ਸੂਰਜ ਗ੍ਰਹਿ।
ਹੀਰਾਕੁੰਡ ਡੈਮ ਕਿਸ ਨਦੀ ਤੇ ਸਥਿਤ ਹੈ? ਮਹਾਨਦੀ ਤੇ ਹੈਗਾ, ਗਿਰਦਾਵਰੀ ਤੇ, ਕ੍ਰਿਸ਼ਨਾ ਤੇ ਜਾਂ ਬ੍ਰਹਮਪੁੱਤਰਾ ਦੇ ਉੱਪਰ? ਹੀਰਾਕੁੰਡ ਡੈਮ ਕਿਸ ਨਦੀ ਦੇ ਉੱਪਰ ਸਥਿਤ ਹੈ? ਠੀਕ ਹੈ ਜੀ, ਮੈਨੂੰ ਪਤਾ ਦੋਸਤਾਂ ਨੂੰ ਦਿੱਕਤ ਆ ਰਹੀ ਜਿਹੜੇ ਲੈਕਚਰ ਕੈਡਰ ਜਾਂ ਮਾਸਟਰ ਕੈਡਰ ਵਾਲੇ ਆ, ਠੀਕ ਹੈ ਜੀ, ਕਿਉਂਕਿ ਉਹਨਾਂ ਇੱਕੋ ਸਬਜੈਕਟ ਪੜ੍ਹਿਆ ਹੁੰਦਾ, ਪਰ ਭਾਈ ਕੋਈ ਗੱਲ ਨੀ, ਦੋ ਚਾਰ ਮਿੰਟ ਵੇਟ ਕਰੋ, ਤੁਹਾਡੇ ਵਾਸਤੇ ਵੀ ਹੈਗਾ, ਠੀਕ ਹੈ ਜੀ, ਜਾਓ ਉਹਨਾਂ ਕਲਾਸ ਛੱਡ ਕੇ। ਹੀਰਾਕੁੰਡ ਡੈਮ ਕਿਸ ਨਦੀ ਤੇ ਸਥਿਤ ਹੈ? ਮਹਾਨਦੀ ਤੇ, ਗਿਰਦਾਵਰੀ ਤੇ, ਕ੍ਰਿਸ਼ਨਾ ਤੇ ਜਾਂ ਬ੍ਰਹਮਪੁੱਤਰਾ ਤੇ? ਕਿਸ ਦੇ ਉੱਪਰ ਸਥਿਤ ਹੈ ਹੀਰਾਕੁੰਡ ਡੈਮ? ਚਾਰ ਨੰਬਰ ਦਾ ਬੀ, ਚਾਰ ਨੰਬਰ ਦਾ ਬੀ, ਨਹੀਂ ਭਾਈ ਗਿਰਦਾਵਰੀ ਨਹੀਂ ਹੈਗਾ, ਠੀਕ ਹੈ ਜੀ, ਕ੍ਰਿਸ਼ਨਾ ਵੀ ਨਹੀਂ ਹੈਗਾ। ਚਲੋ ਦੋ ਆਪਸ਼ਨਾਂ ਰਹਿ ਗਈਆਂ, ਏ ਤੇ ਸੀ ਦੇ ਵਿੱਚ ਦੱਸ ਦਿਓ ਕੀ ਆ ਤੁਹਾਡੇ ਵਾਸਤੇ, ਥੋੜਾ ਜਿਹਾ ਸੌਖਾ ਕਰਤਾ। ਕੁਲਵਿੰਦਰ ਕੌਰ ਜੀ, ਗਿਰਦਾਵਰੀ ਇਸਦਾ ਰਾਈਟ ਆਂਸਰ ਨਹੀਂ ਹੈਗਾ, ਠੀਕ ਹੈ ਜੀ, ਦੱਸ ਦਿਓ ਦੱਸ ਦਿਓ ਭਾਈ, ਹੀਰਾਕੁੰਡ ਡੈਮ ਕਿਸ ਨਦੀ ਤੇ ਸਥਿਤ ਹੈ? ਐਮਬੀਏਡ ਅਲੇ ਸਰ ਜੀ, ਠੀਕ ਹੈ ਜੀ, ਠੀਕ ਹੈ ਜੀ, ਚਲੋ ਜੀ ਕੋਈ ਗੱਲ ਨੀ, ਤੁਹਾਡੇ ਵਾਸਤੇ ਵੀ ਹੈਗਾ, ਜ਼ਰੂਰ ਤੁਹਾਡੇ ਵਾਸਤੇ ਵੀ ਕੁਸ਼ਚਨ ਆਉਣਗੇ। ਅਜੇ ਤਾਂ ਭਾਈ ਚਾਰ ਹੀ ਕੁਸ਼ਚਨ ਹੋਏ ਆ, ਇਸਦਾ ਰਾਈਟ ਆਂਸਰ ਕੀ ਹੋ ਜਾਏਗਾ? ਮਹਾਨਦੀ, ਠੀਕ ਹੈ ਜੀ, ਚਲੋ ਅੱਗੇ ਆ ਜਾਓ। ਮਨੁੱਖ ਦੇ ਕੰਨ ਦੇ ਵਿੱਚ ਹੱਡੀਆਂ ਦੀ ਕੁੱਲ ਗਿਣਤੀ ਕਿੰਨੀ? ਇਹ ਭਾਈ ਡਾਊਟ ਦੇ ਵਿੱਚ ਕੁਸ਼ਚਨ ਆ, ਠੀਕ ਹੈ ਜੀ, ਮੈਂ ਚੈੱਕ ਕਰਨਾ ਸੀਗਾ, ਮੈਂ ਚੈੱਕ ਨਹੀਂ ਕਰ ਪਾਇਆ, ਠੀਕ ਹੈ ਜੀ, ਕਿਉਂਕਿ ਜਿੱਥੇ ਮੈਂ ਦੇਖਿਆ ਸੀਗਾ ਉੱਥੇ ਕਿੰਨਾ 6 ਆ ਰਹੀਆਂ ਸੀਗੀਆਂ, ਪਰ ਮੈਨੂੰ ਲੱਗਦਾ ਵੀ 3 ਹੋਣਗੀਆਂ, ਜਾਂ ਇਸ ਤਰੀਕੇ ਹੋ ਸਕਦਾ ਵੀ 3 ਛੋਟੀਆਂ ਨੇ ਤੇ 3 ਵੱਡੀਆਂ ਨੇ, ਠੀਕ ਹੈ ਜੀ, ਆਪਣੇ ਕੰਨ ਦੇ ਵਿੱਚ ਸਟੈਪ ਜਿਸਨੂੰ ਕਿਹਾ ਜਾਂਦਾ। ਇਹ ਕੁਸ਼ਚਨ ਕੀ ਆ, ਇੱਕ ਵਾਰੀ ਤੁਸੀਂ ਆਪਾਂ ਇਸਨੂੰ ਕੀ ਕਰਾਂਗੇ, ਰੀਚੈੱਕ ਕਰਾਂਗੇ ਦੁਬਾਰਾ, ਠੀਕ ਹੈ ਜੀ, ਇਹ ਫਿਰ ਕਿਸੇ ਕਲਾਸ ਦੇ ਵਿੱਚ ਲਿਆਂਦਾ ਜਾਊਗਾ। ਵੈਸੇ ਜਿਹੜਾ ਮੈਂ ਆਂਸਰ ਦੇਖਿਆ ਸੀਗਾ ਉਹ ਮੈਂ 6 ਦੇ ਵਿੱਚ ਦੇਖਿਆ ਸੀਗਾ, ਠੀਕ ਹੈ ਜੀ, ਅੱਗੇ ਆ ਜਾਓ। ਇਹ ਲਿਖਿਆ ਵਿੱਚੋਂ ਕਿਹੜੀ ਗੰਢੀ ਮਾਸਟਰ ਗਿਲਟੀ ਗੰਢੀ ਨਹੀਂ ਹੈ? ਥਾਈਰਾਇਡ ਗੰਢੀ, ਪਿਊਟਰੀ ਗੰਢੀ, ਆਰੀਨਲ ਗੰਢੀ ਜਾਂ ਪਸੀਨਾ ਗ੍ਰੰਥੀ, ਠੀਕ ਹੈ, ਸਵੀਟ ਗਲੈਂਡ, ਓਕੇ, ਕਿਹੜੀ ਨਹੀਂ ਹੈਗੀ ਮੈਨੂੰ ਦੱਸ ਦਿਓ। 6 ਓਕੇ ਜੀ, 5 ਨੰਬਰ ਦਾ ਪਰ ਰੀਚੈਕ ਕਰਾਂਗੇ, ਮੈਨੂੰ ਵੀ ਇਦਾਂ ਹੀ ਲੱਗਦਾ ਜਿਵੇਂ 6 ਹੁੰਦੀਆਂ, 3 ਵੱਡੀਆਂ ਤੇ 3 ਛੋਟੀਆਂ, ਬਾਕੀ ਜਿੰਨਾ ਚਿਰ ਭਾਈ ਆਪ ਨੂੰ ਕਨਫਰਮ ਨਹੀਂ ਆਪਾਂ ਨੂੰ ਦੱਸਦੇ, ਠੀਕ ਹੈ ਜੀ, ਚਲੋ। ਹੇ ਲਿਖਿਆ ਵਿੱਚੋਂ ਕਿਹੜੀ ਗੰਢੀ ਮਸ ਗਿਲਡੀ ਗੰਢੀ ਨਹੀਂ ਹੈ? ਕਿਹੜੀ ਨਹੀਂ ਹੈਗੀ ਭਾਈ, ਥਾਈਰਾਇਡ ਗ੍ਰੰਥੀ, ਪਿਊਟਰੀ ਗੰਢੀ, ਆਰੀਨਲ ਗ੍ਰੰਥੀ ਜਾਂ ਪਸੀਨਾ ਗ੍ਰੰਥੀ, ਕਿਹੜੀ ਨਹੀਂ ਹੈਗੀ? ਇਸਦਾ ਮੈਨੂੰ ਰਾਈਟ ਆਂਸਰ ਦੱਸ ਦਿਓ ਤੁਸੀਂ ਕੀ ਹੋਏਗਾ, ਠੀਕ ਹੈ ਜੀ। ਤਾਂ ਜਿਹੜੀ ਆਪਣੀ ਇਸਦਾ ਰਾਈਟ ਆਂਸਰ ਅਜੇ ਤੱਕ ਮੇਰੇ ਕੋਲ ਨਹੀਂ ਆਇਆ, ਡੀ ਡੀ ਹਰਪ੍ਰੀਤ ਕੌਰ ਕਹਿ ਰਿਹਾ ਬਿਲਕੁਲ ਜੀ, ਸਵੀਟ ਗਲੈਂਡ ਜਿਹੜੀ ਇਹ ਕੀ ਆਪਣੀ ਥਾਈਰਾਇਡ ਗ੍ਰੰਥੀ ਨਹੀਂ ਹੁੰਦੀ ਆ, ਬਾਕੀ ਸਾਰੇ ਦੀਆਂ ਸਾਰੀਆਂ ਕੀ ਹੁੰਦੀਆਂ ਨੇ ਆਪਣੇ ਕੋਲ, ਮਾਸਟਰ ਗਿਲਡੀ ਗਲੈਂਡ ਹੁੰਦੀਆਂ ਨੇ। ਅੱਗੋ ਇਹਨਾਂ ਵਿੱਚੋਂ ਕਿਸ ਨੂੰ ਪੰਜਾਬ ਕੇਸਰੀ ਕਿਹਾ ਜਾਂਦਾ ਹੈ? ਇਹ ਤਾਂ ਕਿਸੇ ਦਾ ਵੀ ਨਹੀਂ ਗਲਤ ਹੋਊਗਾ, ਲਾਲਾ ਹਰਦਿਆਲ ਨੂੰ, ਲਾਲਾ ਹੰਸਰਾਜ ਨੂੰ, ਸਰਦਾਰ ਅਜੀਤ ਸਿੰਘ ਨੂੰ ਜਾਂ ਲਾਲਾ ਲਾਜਪਤ ਰਾਏ ਨੂੰ, ਕਿਸ ਨੂੰ ਕਿਹਾ ਜਾਂਦਾ ਹੈ? ਇਸਦਾ ਰਾਈਟ ਆਂਸਰ ਦੇ ਦਿਓ ਸਾਰੇ ਦੋਸਤ। ਠੀਕ ਹੈ ਜੀ, ਕੀ ਕਹਿ ਰਹੇ ਹੋ ਇਸ ਕੁਸ਼ਚਨ ਬਾਰੇ, ਕਿਹੜਾ ਕਿਹੜਾ ਭਾਈ ਐਕਸਪਲੇਨ ਕਰ ਦਿਓ, ਦੱਸ ਦਿਓ ਕਿਹੜਾ ਕੁਸ਼ਚਨ ਐਕਸਪਲੇਨ ਐਕਸਪਲੇਨ ਭਾਈ, ਥੋੜ੍ਹਾ ਜਿਹਾ ਐਨਰਜੀ ਵੀਕ ਆ, ਕੱਲ ਵੀ ਮੈਂ ਕਾਫੀ ਜ਼ਿਆਦਾ ਬਿਮਾਰ ਸੀਗਾ, ਠੀਕ ਹੈ, ਫਿਰ ਮੈਂ ਕਲਾਸ ਲੈ ਪਾ ਰਿਹਾ, ਐਕਸਪਲੇਨੇਸ਼ਨ ਕਰ ਦਿਆਂਗੇ ਭਾਈ ਕਿਸੇ ਦੇ, ਫਿਰ ਕੀ ਹੈ ਕਲਾਸ ਦੇ ਵਿੱਚ ਇੱਕ ਇੱਕ ਦੋ ਦੋ ਕੁਸ਼ਚਨ ਲਿਆ ਕੇ ਐਕਸਪਲੇਨੇਸ਼ਨ ਕਰਦੇ ਰਹਾਂਗੇ, ਜ਼ਰੂਰ ਜ਼ਰੂਰ ਕਰਾਂਗੇ ਭਾਈ, ਤੁਹਾਡੀ ਗੱਲ ਸਿਰ ਮੱਥੇ, ਠੀਕ ਹੈ ਜੀ, ਲਾਲਾ ਲਾਜਪਤ ਰਾਏ ਜੀ, ਠੀਕ ਹੈ ਜੀ, ਲਾਲਾ ਲਾਜਪਤ ਰਾਏ ਜੀ, ਠੀਕ ਹੈ ਜੀ, ਜੇ ਲਾਲਾ ਲਾਜਪਤ ਰਾਏ ਜੀ ਦਾ ਆਪਾਂ ਜਨਮ ਦੀ ਗੱਲ ਕਰੀਏ ਤਾਂ 28 ਜਨਵਰੀ
1865 ਦੇ ਵਿੱਚ ਕੀ ਹੈ, ਲਾਲਾ ਲਾਜਪਤ ਰਾਏ ਜੀ ਦਾ ਜਨਮ ਹੁੰਦਾ ਹੈ। ਠੀਕ ਹੈ ਜੀ, 28 ਜਨਵਰੀ 1865 ਦੇ ਵਿੱਚ ਲਾਲਾ ਲਾਜਪਤ ਰਾਏ ਜੀ ਦਾ ਜਨਮ ਹੁੰਦਾ। ਤੇ ਵੇਖੀਏ ਆਪਾਂ 1920 ਦੇ ਵਿੱਚ ਇਹ INC ਦੇ, ਇੰਡੀਅਨ ਨੈਸ਼ਨਲ ਕਾਂਗਰਸ ਦੇ ਜਿਹੜੇ ਉਸ ਟਾਈਮ ਪ੍ਰਧਾਨ ਬਣਦੇ ਆ, ਕਿਉਂਕਿ ਹਰੇਕ ਸਾਲ ਇੱਕ ਸੈਸ਼ਨ ਲੈਂਦੇ ਹੁੰਦੇ ਸੀਗੇ ਨਾ, INC ਦੇ ਪ੍ਰਧਾਨ ਬਣਦੇ ਆ, INC ਦੇ ਪ੍ਰਧਾਨ ਬਣਦੇ ਆ ਹੁੰਦੇ ਆ। ਠੀਕ ਹੈ ਜੀ, ਉਸ ਤੋਂ ਬਾਅਦ ਜੇਕਰ ਲਾਲਾ ਲਾਜਪਤ ਰਾਏ ਦੀ ਹੋਰ ਗੱਲ ਕਰੀਏ, 1920 ਦੇ ਵਿੱਚ INC ਦੇ ਪ੍ਰਧਾਨ ਬਣਦੇ ਆ 28 ਜਨਵਰੀ 1865। ਠੀਕ ਹੈ ਜੀ, ਠੀਕ ਹੈ ਜੀ। ਉਦੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਇਹਨਾਂ ਦੀ ਡੈਥ ਦੀ, ਠੀਕ ਹੈ ਜੀ, ਤਾਂ 1928 ਦੇ ਵਿੱਚ ਇੱਕ ਸਾਈਮਨ ਕਮਿਸ਼ਨ ਨਾਮ ਦਾ ਭਾਰਤ ਦੇ ਵਿੱਚ ਆਉਂਦਾ, ਸਾਈਮਨ ਕਮਿਸ਼ਨ ਨਾਮ ਦਾ, ਜਿਸਦਾ ਇਹ ਵਿਰੋਧ ਕਰਦੇ ਆ, ਜਿਸਦਾ ਇਹ ਵਿਰੋਧ ਕਰਦੇ ਆ, ਉਸ ਦੇ ਵਿਰੋਧ ਦੇ ਕਰਨ ਦੇ ਵਿੱਚ ਉੱਥੇ ਪੁਲਿਸ ਦੇ ਨਾਲ ਇਹਨਾਂ ਦੀ ਹੱਥਾਪਾਈ ਹੁੰਦੀ ਹੈ, ਜਿਸ ਦੇ ਵਿੱਚ ਪੁਲਿਸ ਦੁਆਰਾ ਇਹਨਾਂ ਦੇ ਸਿਰ ਦੇ ਉੱਪਰ ਕਾਫੀ ਜ਼ਿਆਦਾ ਲਾਠੀਆਂ ਦਾ ਇਸਤੇਮਾਲ ਕੀਤਾ ਜਾਂਦਾ। ਉਸ ਤੋਂ ਬਾਅਦ ਕੁਝ ਦਿਨ ਇਹ ਬਿਮਾਰ ਰਹਿਣ ਤੋਂ ਬਾਅਦ ਇਹਨਾਂ ਦੀ ਡੈਥ ਹੋ ਜਾਂਦੀ ਆ। ਠੀਕ ਹੈ ਜੀ, 1928 ਦੇ ਵਿੱਚ ਕਈ ਵਾਰ ਪੇਪਰ ਦੇ ਵਿੱਚ ਕੁਸ਼ਚਨ ਪੁੱਛਿਆ ਜਾਂਦਾ ਵੀ ਲਾਲਾ ਲਾਜਪਤ ਰਾਏ ਜੀ ਦੀ ਡੈਥ ਕਦੋਂ ਹੋਈ ਸੀਗੀ, ਤੇ ਉਹ ਹੋਈ ਸੀ ਭਾਈ 1928 ਦੇ ਵਿੱਚ। ਠੀਕ ਹੈ ਜੀ, ਇਹਨਾਂ ਇੱਕ ਲਾਹੌਰ ਦੇ ਵਿੱਚ ਇੱਕ ਕਾਲਜ ਦੀ ਵੀ ਸਥਾਪਨਾ ਕੀਤੀ ਸੀਗੀ, ਨਾਲ ਦੀ ਨਾਲ ਜਿਹੜਾ ਪੰਜਾਬ ਨੈਸ਼ਨਲ ਬੈਂਕ ਆ ਉਹ ਵੀ ਇਹਨਾਂ ਦੇ ਦੁਆਰਾ ਇਸਟੈਬਲਿਸ਼ ਕੀਤਾ ਗਿਆ ਸੀਗਾ। ਠੀਕ ਹੈ ਜੀ, ਅੱਗੇ ਚੱਲਦੇ ਆਪਾਂ। ਕਿਹੜੀ ਅਨੁਸੂਚੀ ਭਾਰਤੀ ਸੰਵਿਧਾਨ ਦੁਆਰਾ ਮਾਨਤਾ ਪ੍ਰਾਪਤ ਭਾਰਤ ਦੀਆਂ ਭਾਸ਼ਾਵਾਂ ਨੂੰ ਸੂਚੀਬੱਧ ਕਰਦੀ ਹੈ? 9ਵੀਂ ਅਨੁਸੂਚੀ, 6ਵੀਂ ਅਨੁਸੂਚੀ, 8ਵੀਂ ਅਨੁਸੂਚੀ ਜਾਂ 10ਵੀਂ ਅਨੁਸੂਚੀ? ਇਸਦਾ ਰਾਈਟ ਆਂਸਰ ਮੈਨੂੰ ਦੇ ਦਿਓ ਕੀ ਹੋਏਗਾ ਸਾਰੇ ਦੋਸਤ। ਠੀਕ ਹੈ ਜੀ, ਕਿਹੜੀ ਅਨੁਸੂਚੀ ਕਰਦੀ ਹੈ? ਨੌਵੀਂ ਅਨੁਸੂਚੀ, 6ਵੀਂ ਅਨੁਸੂਚੀ, 8ਵੀਂ ਅਨੁਸੂਚੀ ਜਾਂ 10ਵੀਂ ਅਨੁਸੂਚੀ? ਇਸਦਾ ਰਾਈਟ ਆਂਸਰ ਕੀ ਹੋ ਜਾਏਗਾ? 8 ਨੰਬਰ ਦਾ ਸੀ ਕਹਿ ਰਹੇ ਆ, ਜਿਹੜੀ 8th ਅਨੁਸੂਚੀ ਆ। ਜੇਕਰ ਭਾਰਤ ਦੇ ਵਿੱਚ ਸੰਵਿਧਾਨ ਦੀਆਂ ਭਾਸ਼ਾਵਾਂ ਦੀ ਗੱਲ ਕਰੀਏ, ਭਾਰਤੀ ਸੰਵਿਧਾਨ ਦੁਆਰਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਆ? ਤਾਂ ਉਹ ਆਪਾਂ ਕਹਿ ਸਕਦੇ ਹਾਂ 22 ਭਾਸ਼ਾਵਾਂ ਨੂੰ ਕੀ ਆ, ਮਾਨਤਾ ਪ੍ਰਾਪਤ ਹੈਗੀਆਂ ਨੇ ਇਸ ਟਾਈਮ ਪ੍ਰੈਜ਼ੈਂਟ ਟਾਈਮ ਦੇ ਵਿੱਚ। ਤੇ ਜਦੋਂ ਭਾਈ ਆਪਣਾ ਭਾਰਤੀ ਸੰਵਿਧਾਨ ਬਣਿਆ ਸੀਗਾ, ਜਦੋਂ ਭਾਰਤੀ ਸੰਵਿਧਾਨ ਬਣਾਇਆ ਗਿਆ ਸੀਗਾ, ਉਸ ਟਾਈਮ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀਗੀ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਹੁਣੇ ਦੱਸੋ, ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀਗੀ ਉਸ ਟਾਈਮ। ਠੀਕ ਹੈ ਜੀ, ਜਦੋਂ ਆਪਣਾ ਭਾਰਤੀ ਸੰਵਿਧਾਨ ਬਣਿਆ ਸੀਗਾ, ਉਸ ਟਾਈਮ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀਗੀ, ਮੈਨੂੰ ਦੱਸ ਦਿਓ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਇੱਕ ਕੁਸ਼ਚਨ 1833 ਆ, ਜਿਹੜਾ ਚਾਰਟਰ ਐਕਟ ਹੈ ਉਸਦੇ ਉੱਪਰ ਵੀ ਚੱਲਣਾ। ਠੀਕ ਹੈ ਜੀ, ਉਹ ਬਾਅਦ 'ਚ ਆਪਾਂ ਲਾਸਟ 'ਤੇ ਜਾ ਕੇ ਦੱਸਦੇ ਹਾਂ ਵੀ ਉਹਦਾ ਕਾਫੀ ਦਿਨਾਂ ਦਾ ਰੌਲਾ ਪੈ ਰਿਹਾ ਹੈ। ਠੀਕ ਹੈ ਜੀ, ਜਨਤਾ ਫੋਨ ਕਰ ਕਰ ਕਹਿ, ਚਲੋ ਜੀ, ਠੀਕ ਹੈ ਜੀ, ਚਲੋ ਦੱਸ ਦਿਓ, ਦੱਸ ਦਿਓ ਭਾਈ ਕੁਲਵਿੰਦਰ ਕੌਰ ਜੀ 15 ਨੂੰ ਕੀ ਕਹਿ ਰਹੇ ਹੋ ਸਰ? ਕੁਲਵਿੰਦਰ ਕੌਰ ਜੀ 15 ਨੂੰ ਨਹੀਂ, ਮੈਨੂੰ ਹਾਂ 14 ਸੀਗੀਆਂ ਜੀ। ਠੀਕ ਹੈ ਜੀ, 15 ਨੂੰ ਨਹੀਂ, ਉਸ ਟਾਈਮ ਕਿੰਨੀਆਂ ਸੀਗੀਆਂ? 14 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਸੀ ਉਸ ਟਾਈਮ ਜਦੋਂ ਆਪਣਾ ਭਾਰਤੀ ਸੰਵਿਧਾਨ ਬਣਿਆ ਸੀ, 14 ਭਾਸ਼ਾਵਾਂ ਸੀਗੀਆਂ, 15 ਨਹੀਂ ਸੀਗੀ। ਠੀਕ ਹੈ ਜੀ, 22 ਨੂੰ, 15 ਨੂੰ, 22 ਨਹੀਂ, ਚਲੋ ਜੀ ਅੱਗੇ ਆ ਜਾਓ। ਮਰਿਆਣਾ ਤੈਥੀ ਕਿੱਥੇ ਸਥਿਤ ਹੈ? ਮਰਿਆਣਾ ਕੀ ਹੈ? ਇੱਕ ਤੈਥੀ ਜੇ ਉਹ ਕਿੱਥੇ ਸਥਿਤ ਹੈ? ਪ੍ਰਸ਼ਾਂਤ ਮਹਾਂਸਾਗਰ ਦੇ ਵਿੱਚ, ਹਿੰਦ ਮਹਾਂਸਾਗਰ ਦੇ ਵਿੱਚ, ਆਰਟਿਕ ਸਾਗਰ ਦੇ ਵਿੱਚ ਜਾਂ ਅਟਲਾਂਟਿਕ ਮਹਾਂਦੀਪ ਦੇ ਵਿੱਚ? ਇਸਦਾ ਰਾਈਟ ਆਂਸਰ ਜਲਦੀ ਜਲਦੀ ਮੈਨੂੰ ਦੱਸ ਦਿਓ ਕੀ ਹੋਊਗਾ। 9 ਨੰਬਰ ਕੁਸ਼ਚਨ ਦਾ ਰਾਈਟ ਆਂਸਰ ਦੱਸ ਦਿਓ ਕੀ ਹੋਏਗਾ, ਇਹ ਕਿੱਥੇ ਆ ਮਰਿਆਣਾ ਜਿਹੜਾ ਤੈਥੀ ਜੇ ਕਿੱਥੇ ਹੈਗਾ ਦੱਸ ਦਿਓ ਭਾਈ। ਸਾਰੇ ਦੋਸਤ ਕੀ ਕਰੋ, ਕਲਾਸ ਨੂੰ ਸ਼ੇਅਰ ਕਰੋ,
ਇਹਦਾ ਮਤਲਬ ਇਹ ਬੜਾ ਵੀ ਅੱਜ એનર્ਜੀ ਲੋ ਆ ਤੇ ਆਪਾਂ ਕਲਾਸ ਦੇ ਵਿੱਚ ਆਣਾ ਤੇ ਭੱਜ ਜਾਣਾ, ਨਹੀਂ ਭਾਈ ਐਂ ਨਾ ਕਰੋ, ਠੀਕ ਹੈ ਜੀ, ਤੁਸੀਂ ਸਮਝਿਆ ਕਰੋ, ਠੀਕ ਹੈ ਜੀ, ਤੁਸੀਂ ਸਮਝਿਆ ਕਰੋ ਤਬੀਅਤ ਨਾਲ ਭਾਈ, ਜਦੋਂ ਸਰੀਰ ਨਹੀਂ ਐਕਟਿਵ ਹੁੰਦਾ, ਠੀਕ ਹੈ ਜੀ, ਤੇ ਜਿਹੜਾ ਆਪਣਾ ਛੋਟਾ ਜਿਹਾ ਘਰ ਦੇ ਵਿੱਚ ਜਵਾਕ ਹੁੰਦਾ ਨਾ, ਉਹ ਵੀ ਕੀ ਹੈ ਜ਼ਿਆਦਾ ਆਦੀ ਜਿਹੜੀ ਮਾਂ ਹੁੰਦੀ ਹੈ ਉਹਦੇ ਕਾਰਨ ਜੰਮਿਆ ਰਹਿੰਦਾ ਤੇ ਜਾਂ ਸੁੱਤਾ ਰਹਿੰਦਾ, ਠੀਕ ਹੈ, ਆਪਾਂ ਚਲੋ ਇਹ ਚੀਜ਼ਾਂ ਤਾਂ ਨਹੀਂ ਕਰ ਸਕਦੇ, ਪਰ ਕੀ ਹੈ ਫਿਰ ਵੀ ਆਪਾਂ ਕਲਾਸ ਲੈ ਰਹੇ ਹਾਂ, ਠੀਕ ਹੈ ਜੀ, ਮੇਰੇ ਪੈਸਿਵ ਕਿੱਥੇ ਆ, ਉਹ ਹੈ ਬਈ ਪੈਸਿਵ ਕੁਐਸਚਨ ਦਾ ਭਾਗ ਹੈ, ਠੀਕ ਹੈ ਜੀ, ਅੱਗੇ ਆ ਜਾਓ। ਹੜੱਪਾ ਹਥਿਆਰ ਤੋਂ ਨਹੀਂ ਜਾਣੂ ਸੀ, ਤਾਂ ਹੜੱਪਾ ਵੈਪਨਸ ਆਰ ਨੋਟ, ਜਿਹੜੇ ਹੜੱਪਾ ਸਭਿਅਤਾ ਦੇ ਲੋਕ ਸੀਗੇ ਉਹ ਇਹਨਾਂ ਵਿੱਚੋਂ ਕਿਸ ਹਥਿਆਰ ਤੋਂ ਜਾਣੂ ਨਹੀਂ ਸੀਗੇ, ਲੱਕੜ ਤੋਂ ਨਹੀਂ ਸੀਗੇ, ਪੱਥਰ ਤੋਂ ਨਹੀਂ ਸੀਗੇ, ਲੋਹੇ ਤੋਂ ਨਹੀਂ ਸੀਗੇ, ਜਾਂ ਤਾਂਬਾ ਅਤੇ ਕਾਂਸੇ ਤੋਂ ਨਹੀਂ ਸੀਗੇ, ਕਿਸ ਤੋਂ ਨਹੀਂ ਸੀਗੇ, ਜਿਹੜੇ ਹੜੱਪਾ ਸਭਿਅਤਾ ਦੇ ਲੋਕ ਸੀਗੇ ਉਹ ਇਹਨਾਂ ਵਿੱਚੋਂ ਕਿਸ ਚੀਜ਼ ਤੋਂ ਜਾਣੂ ਨਹੀਂ ਸਨ। ਤੁਸੀਂ ਭਾਈ ਮੈਨੂੰ ਇਸਦਾ ਰਾਈਟ ਆਨਸਰ ਦੱਸ ਦਿਓ, ਲੱਕੜ ਸੀਗਾ, ਤਾਂਬਾ ਤੇ ਕਾਂਸਾ ਸੀਗਾ, ਪੱਥਰ ਸੀਗਾ, ਜਾਂ ਕੀ ਸੀਗਾ? ਚਲੋ ਜੀ ਅੱਗੇ ਚੱਲੋ ਆਪਣਾ, ਥੈਂਕ ਯੂ ਜੀ, ਜਿਹੜੇ ਦੋਸਤ ਵੀ ਕਹਿ ਰਹੇ ਹੋ ਥੈਂਕ ਯੂ, ਠੀਕ ਹੈ, ਤੇ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਭਾਈ, ਠੀਕ ਹੈ ਜੀ, ਇਹਨਾਂ ਦੇ ਵਿੱਚੋਂ ਇਸਦਾ ਮੈਨੂੰ ਰਾਈਟ ਆਨਸਰ ਦੱਸ ਦਿਓ ਕੀ ਹੋਏਗਾ, ਠੀਕ ਹੈ ਜੀ, ਇਸਦਾ ਰਾਈਟ ਆਨਸਰ ਮੈਨੂੰ ਦੱਸ ਦਿਓ, ਆਪਣਾ 10 ਨੰਬਰ ਕੁਐਸਚਨ ਦਾ ਰਾਈਟ ਆਨਸਰ ਕੀ ਹੋਏਗਾ, 10 ਦਾ ਡੀ ਹਰਪ੍ਰੀਤ ਬਰਾੜ, 10 ਦਾ ਡੀ, ਉਸ ਤੋਂ ਬਾਅਦ ਬਲਵਿੰਦਰ ਕੌਰ 10 ਦਾ ਸੀ ਕਹਿ ਰਿਹਾ, ਠੀਕ ਹੈ, ਤਾਂਬਾ ਤੇ ਕਾਂਸਾ ਕਹਿ ਰਿਹਾ, ਗੁੱਡ ਮੋਰਨਿੰਗ ਜੀ ਬਲਵਿੰਦਰ ਸਿੰਘ ਜੀ, ਗੁੱਡ ਮੋਰਨਿੰਗ, ਗੁੱਡ ਮੋਰਨਿੰਗ ਬਲਵਿੰਦਰ ਸਿੰਘ ਜੀ, ਠੀਕ ਹੈ ਜੀ, 10 ਦਾ ਸੁੱਖ ਕੌਰ ਸੀ ਕਹਿ ਰਿਹਾ, ਨਹੀਂ ਭਾਈ ਸੀ ਇਸਦਾ ਰਾਈਟ ਆਨਸਰ ਨਹੀਂ ਹੋਏਗਾ, ਇਹ ਕਾਫੀ ਵਾਰ ਪੀਟੈਟ ਦੇ ਪੇਪਰਾਂ ਦੇ ਵਿੱਚ ਵੀ ਕੁਐਸਚਨ ਆਇਆ ਹੋਇਆ ਹੈ, ਕਿਸ ਤੋਂ ਨਹੀਂ ਜਾਣੂ ਸਨ, ਲੋਹੇ ਤੋਂ ਨਹੀਂ ਜਾਣੂ ਸਨ, ਠੀਕ ਹੈ ਜੀ, ਹੜੱਪਾ ਸਭਿਅਤਾ ਦੇ ਜਿਹੜੇ ਲੋਕ ਸੀ ਕਿਸ ਤੋਂ, ਕਿਉਂਕਿ ਬ੍ਰਾਊਨ ਏਜ ਦੇ ਨਾਮ ਦੇ ਨਾਲ ਵੀ ਇਸਨੂੰ ਜਾਣਿਆ ਜਾਂਦਾ ਸੀਗਾ, ਠੀਕ ਹੈ ਜੀ, ਹੜੱਪਾ ਸਭਿਅਤਾ ਹੋਰ ਕਿਹੜੇ ਨਾਲ, ਬ੍ਰਾਊਨ ਏਜ ਵੀ ਕਿਹਾ ਜਾਂਦਾ ਸੀਗਾ, ਜੇਕਰ ਆਪਾਂ ਬਾਇਓਲੋਜੀਕਲ ਦੀ ਗੱਲ ਕਰੀਏ ਤਾਂ ਇਸਨੂੰ ਰੇਡੀਓ ਕਾਰਬਨ C14 ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਸੀ, ਕੱਲ ਵੀ ਮੈਂ ਦੱਸਿਆ ਸੀਗਾ, ਠੀਕ ਹੈ ਜੀ, ਰੇਡੀਓ ਕਾਰਬਨ C14 ਦੇ ਨਾਮ ਦੇ ਨਾਲ ਵੀ ਇਸਨੂੰ ਜਾਣਿਆ ਜਾਂਦਾ ਸੀ। ਇਹ ਲਿਖਿਆ ਵਿੱਚੋਂ ਕਿਹੜਾ ਮੌਲਿਕ ਅਧਿਕਾਰ ਨਹੀਂ ਹੈਗਾ, ਰਾਈਟ, ਸੰਪਤੀ ਦਾ ਅਧਿਕਾਰ, ਧਾਰਮਿਕ ਆਜ਼ਾਦੀ ਦਾ ਅਧਿਕਾਰ, ਕੰਮ ਕਰਨ ਦਾ ਅਧਿਕਾਰ ਜਾਂ ਉਪਰੋਕਤ ਸਾਰੇ, ਰਾਈਟ ਟੂ ਪ੍ਰੋਪਰਟੀ, ਰਾਈਟ ਟੂ ਫਰੀਡਮ ਆਫ ਰਿਲੀਜਨ, ਰਾਈਟ ਟੂ ਵਰਕ ਜਾਂ ਇਹਨਾਂ ਦੇ ਵਿੱਚੋਂ ਸਾਰੇ, ਆਲ ਆਫ ਦੀਜ਼, ਇਸਦਾ ਰਾਈਟ ਆਨਸਰ ਦੱਸ ਦਿਓ ਸਾਰੇ ਦੋਸਤ, ਠੀਕ ਹੈ ਜੀ, ਕਲਾਸ ਨੂੰ ਇੱਕ ਵਾਰ ਸ਼ੇਅਰ ਜ਼ਰੂਰ ਕਰ ਦਿਓ ਜੀ, ਸਾਰੇ ਦੋਸਤ ਕੀ ਕਰੋ, ਕਲਾਸ ਨੂੰ ਸ਼ੇਅਰ ਜ਼ਰੂਰ ਕਰੋ ਭਾਈ, ਇਹ ਤੁਹਾਡਾ, ਤੇ ਨਾਲ ਦੀ ਨਾਲ ਲਾਈਕ ਵੀ ਕਰੋ, ਲਾਈਕ ਵੀ ਸਿਰਫ 4 ਹੀ ਲਾਈਕ ਆ, ਠੀਕ ਹੈ ਜੀ, ਤੁਸੀਂ ਇਸ ਟਾਈਮ 7-8 ਬੰਦੇ ਲਾਈਵ ਹੋ ਤਾਂ ਸਿਰਫ ਤੇ ਸਿਰਫ ਕੀ ਆ, 4 ਹੀ ਲਾਈਕ ਆ, ਨਹੀਂ ਭਾਈ ਐਂ ਨਾ ਕਰੋ, ਮੈਂ ਤੁਹਾਡੇ, ਠੀਕ ਹੈ ਜੀ, ਕੀ ਮਾੜਾ ਕੀਤਾ ਦੱਸ ਦਿਓ, ਜੇ ਮੈਂ ਮਾੜਾ ਕੀਤਾ, ਠੀਕ ਹੈ ਜੀ, ਚਲੋ ਕੋਈ ਗੱਲ ਨਹੀਂ, ਮਜ਼ਾਕ ਕਰ ਰਹੇ ਭਾਈ, ਠੀਕ ਹੈ, ਤੁਸੀਂ ਕੀ ਕਰੋ, ਸਾਰੇ ਦੋਸਤ ਕਲਾਸ ਨੂੰ ਸ਼ੇਅਰ ਕਰੋ, ਮੈਂ ਵੀ ਕਰ ਰਿਹਾ, ਠੀਕ ਹੈ ਜੀ, ਸਾਰੇ ਦੋਸਤ ਕੀ ਕਰੋ, ਕਲਾਸ ਨੂੰ ਸ਼ੇਅਰ ਕਰ ਦਿਓ, ਮੈਂ ਵੀ ਕਰ ਰਿਹਾ, ਓਕੇ ਜੀ, ਦੱਸ ਦਿਓ ਭਾਈ, ਠੀਕ ਹੈ ਜੀ, ਮੈਂ ਵੀ ਕਲਾਸ ਨੂੰ ਕੀ ਕਰ ਰਿਹਾ, ਸ਼ੇਅਰ ਕਰ ਰਿਹਾ, ਇਸਦਾ ਰਾਈਟ ਆਨਸਰ ਦੱਸ ਦਿਓ, 11 ਨੰਬਰ ਦਾ ਸੀ ਕਹਿ ਰਿਹਾ, ਰਾਈਟ ਟੂ ਵਰਕ, 11 ਦਾ ਕੀ ਕਹਿ ਰਹੇ ਹੋ, 11 ਦਾ ਏ ਕਹਿ ਰਹੇ ਨੇ, ਵੇਖੋ ਭਾਈ ਗਲਤ ਗੱਲ ਆ, ਠੀਕ ਹੈ ਜੀ, ਸਾਰਿਆਂ ਦਾ ਜਿਹੜੇ ਵੀ ਏ ਕਹਿ ਰਿਹਾ, ਰਾਈਟ ਟੂ ਪ੍ਰੋਪਰਟੀ ਨਹੀਂ ਹੋ ਸਕਦਾ, ਕਿਉਂਕਿ ਇਹ ਕਿਹੜੇ ਚ ਚਲਾ ਗਿਆ, ਇਹ ਹੁਣ ਇਸ ਟਾਈਮ ਪ੍ਰੈਜੈਂਟ ਟਾਈਮ ਆਰਟੀਕਲ 300A ਦੇ ਵਿੱਚ ਚਲਾ ਗਿਆ, ਠੀਕ ਹੈ ਜੀ, ਜਾਂ 300A ਦੇ ਵਿੱਚ ਕੀ ਹੈ ਇਹ ਚੀਜ਼ ਚਲੀ ਗਈ ਆਪਣੀ, ਦੱਸ ਦਿਓ ਭਾਈ, ਜੇਕਰ ਅਜੇ ਵੀ ਗਲਤ ਕਰ ਰਹੇ ਹੋ, 11 ਦਾ ਏ ਕਹਿ ਰਿਹਾ ਰਾਈਟ ਟੂ ਪ੍ਰੋਪਰਟੀ, ਨਹੀਂ ਭਾਈ, ਕਿਹਾ ਹਰਪ੍ਰੀਤ ਬਰਾੜ ਜੀ, 11 ਦਾ ਏ ਨਹੀਂ ਹੋਏਗਾ, ਇਸਦਾ ਰਾਈਟ ਆਨਸਰ ਮੈਨੂੰ ਦੱਸ ਦਿਓ ਤੁਸੀਂ, ਮੈਂ ਵੇਟ ਕਰ ਰਿਹਾ,
ਬੀ ਆਪਸ਼ਨ ਹਰਪ੍ਰੀਤ ਬ੍ਰਾਹਮਣ ਕੀ ਕਦੇ ਏ ਕਦੇ ਬੀ, ਇਸਦਾ ਰਾਈਟ ਆਂਸਰ ਦੱਸ ਦਿਓ ਭਾਈ ਕੀ ਹੋਏਗਾ 11 ਦਾ। ਠੀਕ ਹੈ ਜੀ, ਇਹ ਕੀ ਹੋਏਗਾ ਰਾਈਟ ਆਂਸਰ ਦੱਸ ਦਿਓ। ਠੀਕ ਹੈ ਜੀ, ਇਸਦਾ ਰਾਈਟ ਆਂਸਰ ਕੀ ਹੋਏਗਾ, ਰਾਈਟ ਟੂ ਫਰੀਡਮ। ਠੀਕ ਹੈ ਜੀ, ਧਾਰਮਿਕ ਆਜ਼ਾਦੀ। ਜੇਕਰ ਰਾਈਟ ਟੂ ਵਰਕ ਦੀ ਗੱਲ ਕਰੀਏ ਤਾਂ ਇਹ ਭਾਈ ਆਪਣਾ ਡੀ ਪੀ ਐਸ ਪੀ ਦਾ ਪਾਰਟ ਹੈ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਸੀ ਦਾ ਪਾਰਟ ਹੈ 39 ਦੇ ਵਿੱਚ, ਰਾਈਟ ਟੂ ਵਰਕ। ਠੀਕ ਹੈ ਜੀ, ਤਾਂ ਜਿਹੜਾ ਆ ਇਹ 300A ਦੇ ਵਿੱਚ ਚਲਾ ਗਿਆ। ਠੀਕ ਹੈ ਜੀ, ਓਕੇ, ਰਾਈਟ ਆਂਸਰ ਕੀ ਹੋ ਜਾਏਗਾ, ਧਾਰਮਿਕ ਆਜ਼ਾਦੀ ਦਾ ਅਧਿਕਾਰ। ਦੇਖੋ ਭਾਈ ਕਿੰਨਾ ਸੌਖਾ ਕੁਸ਼ਚਨ, ਵੀ ਤੁਸੀਂ ਕੀ ਇਹ ਗਲਤ ਕਰ ਰਹੇ ਹੋ, ਇਹ ਨਾ ਕਰਿਆ ਕਰੋ। ਇਹ ਲਿਖਿਆ ਵਿੱਚੋਂ ਕਿਹੜਾ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈਗੀ? ਉਹ ਕਹਿੰਦੇ ਵਿੱਚ ਆਫ ਦਾ ਫੋਲੋਇੰਗ ਇਜ਼ ਨੋਟ ਏ ਫੀਚਰਸ ਆਫ ਇੰਡੀਅਨ ਕਨਸਟੀਟਿਊਸ਼ਨ, ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ, ਸੰਸਦੀ ਸਰਕਾਰ, ਫੈਡਰਲ ਫਾਰਮ ਆਫ ਗਵਰਨਮੈਂਟ, ਸੰਘਾਤਮਕ ਸਰਕਾਰ, ਡਬਲ ਸਿਟੀਜਨਸ਼ਿਪ, ਇਹ ਰਿਟਨ ਕਨਸਟੀਟਿਊਸ਼ਨ। ਠੀਕ ਹੈ ਜੀ, ਕੀ ਲਿਖਤੀ ਸੰਵਿਧਾਨ? ਤੁਸੀਂ ਵੀ ਬਿਮਾਰ ਹੋ ਕੁਲਵਿੰਦਰ ਕੌਰ ਜੀ? ਠੀਕ ਹੈ ਜੀ, ਫਿਰ ਇਸ ਤਰ੍ਹਾਂ ਦਾ ਜੇਕਰ ਦਿਮਾਗ ਹੀ ਲੈ ਪਿਆ ਭਾਈ ਤਾਂ ਫਿਰ ਕੀ ਹੈ, ਮੈਂ ਤਾਂ ਸਾਰੇ ਕੁਛ ਨੀ ਗਲਤ ਕਰਾ ਦਿਆਂ। ਠੀਕ ਹੈ ਜੀ, ਚਲੋ ਕੋਈ ਨੀ, ਇਸਦਾ ਰਾਈਟ ਆਂਸਰ ਦੱਸੋ ਕੀ ਹੋਏਗਾ। 12 ਨੰਬਰ ਦਾ ਸੀ ਕਹਿ ਰਹੇ ਆ, 12 ਦਾ ਸੀ ਕਹਿ ਰਿਹਾ, ਦੇਖ ਲਓ ਭਾਈ 12 ਦਾ ਸੀ ਰਾਈਟ ਹੈ ਕਿ ਨਹੀਂ। ਮੈਂ ਅਜੇ ਕੁਛ ਨੀ ਕਹਿ ਸਕਦਾ, ਆਂਸਰ ਆ ਲੈਂਦੇ ਹੋ 12 ਦਾ ਸੀ, ਕਿਉਂਕਿ ਕਾਫੀ ਦੋਸਤਾਂ ਨੇ ਮੈਸੇਜ ਕੀਤੇ ਸਰ ਇੱਕ ਦਾ ਵੀ ਆਂਸਰ ਆ ਜੇ ਨਾ ਤੇ ਤੁਸੀਂ ਕੀ ਆ ਲਗਾ ਕੇ ਤੇ ਅੱਗੇ ਨੈਕਸਟ ਕੁਐਸਚਨਸ ਤੇ ਆ ਜਾਂਦੇ ਹੋ, ਸਾਡੀ ਵੀ ਵੇਟ ਕਰਾਇਆ ਕਰੋ। ਚਲੋ ਕੋਈ ਗੱਲ ਨੀ ਭਾਈ, ਠੀਕ ਹੈ, ਇਸਦਾ ਰਾਈਟ ਆਂਸਰ ਕੀ ਹੋ ਜਾਏਗਾ, ਡਬਲ ਸਿਟੀਜਨਸ਼ਿਪ। ਦੋਰੀ, ਹੁਣ ਮੈਨੂੰ ਇਹ ਦੱਸ ਦਿਓ ਵੀ ਡਬਲ ਸਿਟੀਜਨਸ਼ਿਪ ਕਿਹੜੀ ਕੰਟਰੀ ਕੋਲ ਹੈ, ਨਾਲ ਦੀ ਨਾਲ ਇਹ ਵੀ ਦੱਸ ਦਿਓ, ਜਿਹੜਾ ਡਬਲ ਸਿਟੀਜਨਸ਼ਿਪ ਹੈ ਇਹ ਕਿਹੜੀ ਕੰਟਰੀ ਕੋਲ ਪ੍ਰੈਜੈਂਟ ਟਾਈਮ ਦੇ ਵਿੱਚ? ਠੀਕ ਹੈ ਜੀ, ਬਲਵਿੰਦਰ ਕੌਰ ਜੀ, ਆਰਟੀਕਲ ਵਿੱਕੀ 28 ਆਰਟੀਕਲ, 28 ਆਰਟੀਕਲ ਡਬਲ ਸਿਟੀਜਨਸ਼ਿਪ, ਹਾਂਜੀ ਕੋਲਡ ਫੀਵਰ, ਓਕੇ ਓਕੇ ਕੋਈ ਗੱਲ। ਤੁਸੀਂ ਮੈਨੂੰ ਇਹ ਵੀ ਦੱਸ ਦਿਓ ਵੀ ਜਿਹੜਾ ਆਪਣਾ ਜੋ ਆਪਣਾ ਹੈਗਾ ਡਬਲ ਸਿਟੀਜਨਸ਼ਿਪ ਇਹ ਇਸ ਟਾਈਮ ਕਿਹੜੀ ਕੰਟਰੀਜ਼ ਦੇ ਵਿੱਚ ਚੱਲ ਰਿਹਾ? ਠੀਕ ਹੈ ਜੀ, ਚਲੋ ਜੀ ਅੱਗੇ ਚਲੀਏ ਨੈਕਸਟ ਆਪਾਂ 12-13 ਨੰਬਰ 'ਤੇ। ਉਹ ਕਹਿੰਦੇ ਰਾਜ ਸਭਾ ਲਈ ਕ੍ਰਮਵਾਰ ਕਿੰਨੇ ਮੈਂਬਰ ਚੁਣੇ ਜਾਂਦੇ ਹਨ? 13 ਨੰਬਰ ਦਾ ਮੈਨੂੰ ਰਾਈਟ ਆਂਸਰ ਦੱਸ ਦਿਓ ਕੀ ਹੋਏਗਾ, ਕਿ 238 ਤੇ 12 ਚੁਣੇ ਜਾਂਦੇ ਨੇ, 233 ਤੇ 12 ਚੁਣੇ ਜਾਂਦੇ ਨੇ, 240 ਤੇ 10 ਚੁਣੇ ਜਾਂਦੇ, 242 ਤੇ 8 ਚੁਣੇ ਜਾਂਦੇ, ਸਟੇਟਸ ਐਂਡ ਯੂਨੀਅਨ ਟੈਰੀਟਰੀਜ਼ ਦੇ ਵਿੱਚੋਂ ਜਾਂ ਨੋਮੀਨੇਟ ਕੀਤੇ ਜਾਂਦੇ ਨੇ ਜਾਂ ਨਾਮਜ਼ਦ ਆਪਾਂ ਕਹਿ ਸਕਦੇ ਹਾਂ ਕੀਤੇ ਜਾਂਦੇ ਨੇ, ਕਿੰਨੇ ਮੈਂਬਰ ਕੀਤੇ ਜਾਂਦੇ ਰਾਜ ਸਭਾ ਦੇ ਲਈ, ਅਪਰ ਹਾਊਸ ਦੇ ਲਈ, ਅਪਰ ਹਾਊਸ ਦੇ ਲਈ ਯੂਐਸ ਏ? ਕੁਲਵਿੰਦਰ ਕੌਰ ਇਹ ਕਹਿ ਰਿਹਾ 238-12, ਠੀਕ ਆ ਕੁਛ ਹੱਦ ਤੱਕ, ਬਾਕੀ ਇਸਦਾ ਰਾਈਟ ਆਂਸਰ ਨਹੀਂ ਹੈਗਾ। ਠੀਕ ਹੈ ਜੀ, 238 ਤੇ 12 ਮੈਨੂੰ ਵੀ ਲੱਗਦਾ ਸੀਗਾ, ਸੁਖਕੌਰ ਇਹ ਕਹਿ ਰਹੇ ਆ, ਠੀਕ ਹੈ ਜੀ ਮੈਨੂੰ ਵੀ ਲੱਗਦਾ ਸੀ ਇਸਦਾ ਰਾਈਟ ਆਂਸਰ ਇਹ ਹੋਏਗਾ। ਠੀਕ ਹੈ ਜੀ, ਇਹ ਕਹਿ ਰਹੇ ਆ, ਇਹ ਕਹਿ ਰਹੇ ਆ ਰਾਜ ਸਭਾ ਲਈ ਕ੍ਰਮਵਾਰ ਕਿੰਨੇ ਮੈਂਬਰ ਨਾਮਜ਼ਦ ਕੀਤੇ ਜਾਂਦੇ ਆ? ਠੀਕ ਹੈ ਜੀ, ਬਲਵਿੰਦਰ ਵਿੱਕੀ ਦਾ 233+12 ਬੀ ਆਪਸ਼ਨ ਕਹਿ ਰਹੇ ਹੋ ਤੁਸੀਂ, ਠੀਕ ਹੈ ਜੀ ਬਲਵਿੰਦਰ ਵਿੱਕੀ ਦਾ ਇਸਦਾ ਰਾਈਟ ਆਂਸਰ ਹੈ। ਠੀਕ ਹੈ ਜੀ, 233+12, ਹੁਣ ਇਹ ਨਾ ਪੁੱਛਿਆ ਜੀ ਕਿਉਂ, ਪੁੱਛਣ ਤੋਂ ਪਹਿਲਾਂ ਆਪਦੀਆਂ ਕਿਤਾਬਾਂ ਦੇ ਵਿੱਚ ਚੰਗੀ ਤਰ੍ਹਾਂ ਝਾਤ ਮਾਰੋ ਵੀ 238 ਕਦੋਂ ਹੁੰਦੇ ਆ ਤੇ 12 ਕਦੋਂ ਹੁੰਦੇ ਆ, ਜਾਂ 233 ਕਦੋਂ ਹੁੰਦੇ ਆ ਤੇ 12 ਕਦੋਂ ਹੁੰਦੇ ਆ? ਓਕੇ ਸਰ, ਅਸੀਂ ਬੀ ਏ 'ਚ ਇਹੀ ਪੜ੍ਹਿਆ ਹੋਇਆ ਪੋਲੀ, ਤੁਸੀਂ ਭਾਈ ਇੱਕ ਵਾਰੀ ਦੁਬਾਰਾ ਮਾਰੋ, ਮੈਂ ਵੀ ਇਹੀ ਪੜ੍ਹਿਆ ਸੀ। ਠੀਕ ਹੈ ਜੀ, ਮੈਂ ਵੀ ਇਹੀ ਪੜ੍ਹਿਆ ਸੀਗਾ,
ਪਰ ਧਿਆਨ ਦੇ ਨਾਲ ਕਿਤਾਬ ਬੁੱਕਸ ਦੇ ਵਿੱਚ ਦੇਖੋ, ਠੀਕ ਹੈ। ਮੈਂ ਵੀ ਏ ਆਪਸ਼ਨ ਹੀ ਲਾਈ ਸੀ ਜਦੋਂ ਕਰ ਰਿਹਾ ਸੀਗਾ ਨਾ, ਠੀਕ ਹੈ ਜੀ, ਮੈਂ ਵੀ ਏ ਆਪਸ਼ਨ ਹੀ ਲਾਈ ਸੀ। ਬਾਅਦ ਵਿੱਚ ਚੰਗੀ ਤਰ੍ਹਾਂ ਜਦੋਂ ਡਿਟੇਲ ਦੇ ਵਿੱਚ ਪੜ੍ਹਿਆ ਤੇ ਇਸਦਾ ਆਂਸਰ ਬੀ ਆ ਗਿਆ, ਠੀਕ ਹੈ ਜੀ, ਮੈਂ ਵੀ ਚੁੱਕ ਗਿਆ। ਫਿਰ ਮੈਂ ਕੀ ਦੁਬਾਰਾ ਪੜ੍ਹਿਆ, ਤੁਸੀਂ ਦੁਬਾਰਾ ਪੜ੍ਹੋ, ਠੀਕ ਹੈ ਜੀ। ਕੋਈ ਪ੍ਰੋਬਲਮ ਹੋਈ ਤਾਂ ਆਪਾਂ ਕੱਲ੍ਹ ਡਿਸਕਸ ਕਰ ਲਵਾਂਗੇ, ਠੀਕ ਹੈ ਜੀ। ਰਾਸ਼ਟਰਪਤੀ ਦੀ ਚੋਣ ਸੰਬੰਧੀ ਝਗੜੇ ਦਾ ਸੁਣਵਾਈ ਕੌਣ ਕਰਦਾ ਹੈ? ਇਹ ਡਿਸਪਿਊਟ ਰਿਗਾਰਡਿੰਗ ਦਾ ਇਲੈਕਸ਼ਨ ਆਫ ਪ੍ਰੈਜ਼ੀਡੈਂਟ ਇਸ ਦਾ ਰੈਫਰ ਟੂ ਦਾ, ਕੀ ਉਹ ਚੋਣ ਕਮਿਸ਼ਨ ਕਰਦਾ, ਸੰਸਦ ਕਰਦੀ, ਸਰਵਉੱਚ ਅਦਾਲਤ ਕਰਦੀ, ਜਾਂ ਉੱਪਰ ਰਾਸ਼ਟਰਪਤੀ ਕਰਦਾ, ਕੌਣ ਕਰਦਾ? 238 ਕਿਉਂ ਨਹੀਂ ਬੁੱਕਸ ਦੇ ਵਿੱਚ ਵੇਖੋ, ਮੈਂ ਦੱਸ ਦੂੰਗਾ, ਕੱਲ੍ਹ ਦੱਸੂੰਗਾ। ਕੁਛ ਤਾਂ ਰਿਸਰਚ ਵਰਕ ਤੁਸੀਂ ਵੀ ਕਰੋ ਨਾ, ਕੁਛ ਤਾਂ ਕਰੋ ਰਿਸਰਚ ਵਰਕ, ਠੀਕ ਹੈ ਜੀ। ਥੋੜ੍ਹਾ ਮੋਟਾ ਥੋੜ੍ਹਾ ਜਿਹਾ ਇੰਨਾ ਕੁ ਰਿਸਰਚ ਵਰਕ ਕਰਨ ਨੂੰ ਕਿਹਾ ਹੈ, ਕਰੋ, ਠੀਕ ਹੈ ਜੀ। ਮੈਂ ਗੱਲ ਕੀ ਇਸ ਦੀ ਐਕਸਪਲੇਨੇਸ਼ਨ ਲਿਆਊਂਗਾ, ਹੋਰ ਦੱਸੋ, ਠੀਕ ਹੈ, ਇਹ ਤੁਹਾਡੇ ਨਾਲ ਵਾਅਦਾ ਹੋ ਗਿਆ। ਚਲੋ ਜੀ, 14 ਨੰਬਰ ਦਾ ਸੀ, 14 ਦਾ ਸੀ, ਸਰਵਉੱਚ ਅਦਾਲਤ ਕਹਿ ਰਹੇ ਹੋ, ਰਾਈਟ ਆਂਸਰ, ਠੀਕ ਹੈ ਜੀ। ਜਦੋਂ ਰਾਸ਼ਟਰਪਤੀ ਦੀ ਮੰਨ ਕੇ ਚਲੋ ਜਦੋਂ ਨੋਮੀਨੇਟ ਕਰਨਾ ਹੁੰਦਾ ਹੈ, ਜੇਕਰ ਕੋਈ ਦਿੱਕਤ ਆ ਜਾਏ ਤਾਂ ਉਸਦੀ ਸੁਣਵਾਈ ਕੌਣ ਕਰਦਾ ਹੈ? ਉਸਦੀ ਸੁਣਵਾਈ ਸੁਪਰੀਮ ਕੋਰਟ ਕਰਦੀ, ਹਾਈ ਕੋਰਟ ਆਫ ਇੰਡੀਆ, ਠੀਕ ਹੈ। ਰਾਜ ਦੀ ਨੀਤੀ ਦੇ ਨਿਰਦੇਸ਼ਕ ਸੰਦਾਲ ਡੈਸ਼ ਤੋਂ ਲੈ ਗਏ, ਨਾਰਵੇ ਤੋਂ ਲੈ ਗਏ ਨੇ, ਸਵੀਡਨ ਤੋਂ, ਆਇਰਲੈਂਡ ਤੋਂ ਜਾਂ ਇੰਗਲੈਂਡ ਤੋਂ, ਕਿਸ ਤੋਂ ਲੈ ਗਏ ਨੇ? ਇਸਦਾ ਰਾਈਟ ਆਂਸਰ ਦੱਸ ਦਿਓ। ਹਾਂਜੀ ਕੁਲਵਿੰਦਰ ਕੌਰ ਜੀ, ਵੈਰੀ ਗੁੱਡ, ਇਹੀ ਨਿਸ਼ਾਨੀ ਹੁੰਦੀ ਆ ਵਧੀਆ ਸਟੂਡੈਂਟ ਦੀ, ਠੀਕ ਹੈ ਜੀ। ਗੱਲ ਕਰਦੇ ਜ਼ਰੂਰ, ਠੀਕ ਹੈ ਜੀ। ਚਲੋ, ਛੋਟਿਆਂ ਨੇ ਹੋਮਵਰਕ ਨਹੀਂ ਕੀਤਾ ਹੁੰਦਾ ਸੀਗਾ ਨਾ, ਟੀਚਰ ਪੁੱਛਦੀ ਸੀ ਕਿਉਂ ਨਹੀਂ ਕਰ ਗਿਆ, ਇੱਕ ਅੱਧੀ ਕਾਪੀ ਦਾ ਤੇ ਬਹਾਨੇ ਲਾਈਦੇ ਹੁੰਦੇ ਸੀਗੇ, ਠੀਕ ਹੈ ਜੀ। ਇਹ ਨਹੀਂ ਕਹਿਣਾ ਵੀ ਸਰ ਮੈਮ ਕੱਲ੍ਹ ਨੂੰ ਅਸੀਂ ਅੱਜ ਵਾਲਾ ਵੀ ਕਰ ਆਵਾਂਗੇ ਤੇ ਕੱਲ੍ਹ ਵਾਲਾ ਵੀ ਕਰ ਆਵਾਂਗੇ, ਠੀਕ ਹੈ ਜੀ। ਨਾਰਵੇ ਦੇ ਵਿੱਚ, ਸਵੀਡਨ, ਇੰਗਲੈਂਡ ਜਾਂ ਆਇਰਲੈਂਡ, ਠੀਕ ਹੈ ਜੀ। ਤੇ ਇਹ ਵੀ ਦੱਸ ਦਿਓ ਮੈਨੂੰ, ਨਾਲ ਦੀ ਨਾਲ ਇਹ ਵੀ ਦੱਸ ਦਿਓ ਵੀ ਜਿਹੜਾ ਕੰਟਰੀ ਦਾ, ਚਲੋ ਮੈਂ ਆਂਸਰ ਪਹਿਲਾਂ ਦੱਸ ਦਿਆਂ ਫਿਰ ਕੁਸ਼ਚਨ ਪੁੱਛਾਂਗਾ, 15 ਦਾ ਸੀ ਕਹਿ ਰਹੇ ਹੋ, ਆਇਰਲੈਂਡ, ਭਾਈ ਆਇਰਲੈਂਡ ਨੇ ਕਿਸ ਤੋਂ ਲਏ ਸੀਗੇ ਇਹ ਵੀ ਦੱਸ ਦਿਓ। ਆਇਰਲੈਂਡ ਨੇ ਅੱਗੋਂ ਕਿਹੜੇ ਤੋਂ ਲਏ ਸੀਗੇ, ਕਿਹੜੇ ਦੇਸ਼ ਤੋਂ ਲਏ ਸੀਗੇ? ਕਿਉਂਕਿ ਆਪਾਂ ਆਇਰਲੈਂਡ ਤੋਂ ਕਾਪੀ ਕਰ ਲਏ, ਆਇਰਲੈਂਡ ਨੇ ਕਿਸੇ ਹੋਰ ਦੇਸ਼ ਤੋਂ ਕੀਤੇ ਸੀ, ਉਸ ਦਾ ਵੀ ਆਂਸਰ ਮੈਨੂੰ ਦੇ ਦਿਓ। ਇਹ ਸੀ ਚ ਲੱਗ ਰਿਹਾ ਨਹੀਂ ਭਾਈ, ਇਹ ਸੀ ਚ ਨਹੀਂ ਲੱਗ ਰਿਹਾ। ਹੁਣ ਦੱਸੋ ਕੌਣ ਕਲਾਸਟ ਕਮੇਟੀ ਦਾ ਹਿੱਸਾ ਨਹੀਂ ਸੀਗਾ? ਹਸਰਤ ਮੋਹਾਨੀ, ਹਾਕਮ ਅਜਮਲ ਖਾਨ, ਮੌਲਾਨਾ ਅਬਦੁਲ ਕਲਾਮ ਆਜ਼ਾਦ ਜਾਂ ਐਮ ਏ ਜਿਨਾ? ਕੌਣ ਸੀਗਾ ਕਲਾਸਟ ਕਮੇਟੀ ਦਾ ਮੈਂਬਰ ਨਹੀਂ ਸੀਗਾ? ਦੱਸ ਦਿਓ ਭਾਈ ਇਸਦਾ, ਕੌਣ ਕਲਾਸਟ ਕਮੇਟੀ ਦਾ ਮੈਂਬਰ ਨਹੀਂ ਸੀਗਾ? ਦੱਸ ਦਿਓ ਇਸਦਾ ਰਾਈਟ ਆਂਸਰ ਕੀ ਹੋ ਜਾਏਗਾ, ਠੀਕ ਹੈ ਜੀ। ਕੌਣ ਕਲਾਸਟ ਕਮੇਟੀ ਦਾ ਮੈਂਬਰ ਨਹੀਂ ਸੀਗਾ? 16 ਨੰਬਰ ਦਾ ਮੈਨੂੰ ਰਾਈਟ ਆਂਸਰ ਦੱਸ ਦਿਓ ਸਾਰੇ ਦੋਸਤ। ਇੱਦਾਂ ਨਹੀਂ ਪਤਾ ਸਰ, ਨਹੀਂ ਪਤਾ, ਚਲੋ ਕੋਈ ਗੱਲ ਨਹੀਂ ਭਾਈ, ਪਤਾ ਕਰਾਉਣ ਵਾਸਤੇ ਜਾਂ ਦੱਸਣ ਵਾਸਤੇ ਹੈਗੇ ਜੋ ਹਾਂ। 16 ਦਾ ਡੀ ਕਹਿ ਰਹੇ ਹੋ, ਠੀਕ ਹੈ। ਸੁੱਖ ਕੌਰ 16 ਨੰਬਰ ਦਾ ਡੀ ਕਹਿ ਰਹੇ ਨੇ, ਠੀਕ ਹੈ ਜੀ, ਠੀਕ ਹੈ। ਤਾਂ ਜਿਹੜਾ ਸੁੱਖ ਕੌਰ ਨੇ ਡੀ ਆਪਸ਼ਨ ਲਾਈ ਆ, ਬਿਲਕੁਲ ਰਾਈਟ ਆਂਸਰ ਲਾਈ ਆ, ਕਿਉਂਕਿ ਇਹ ਭਾਈ ਕੌਣ ਹੈ? ਉਹ ਬੰਦਾ ਜਿਹਨੇ ਪਾਕਿਸਤਾਨ ਦੀ ਮੰਗ ਕੀਤੀ ਸੀਗੀ, ਠੀਕ ਹੈ ਜੀ। ਜਦੋਂ ਲਾਸਟ ਟਾਈਮ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਸੀਗਾ ਤੇ ਇਹ ਨਹੀਂ ਆਇਆ ਸੀਗਾ, ਕੌਣ? ਜਿੰਨਾ, ਜਿਹਨੇ ਪਾਕਿਸਤਾਨ ਦੀ ਮੁਸਲਿਮ ਲੀਗ ਦੀ ਮੰਗ ਕੀਤੀ ਸੀਗੀ, ਠੀਕ ਹੈ ਜੀ। ਅੱਗੇ ਚੱਲੀਏ ਆਪਾਂ, ਮਦਨ ਲਾਲ ਢੀਂਗਰਾ ਨੂੰ ਕਿੱਥੇ ਫਾਂਸੀ ਦਿੱਤੀ ਗਈ? ਮਦਨ ਲਾਲ ਢੀਂਗਰਾ ਨੂੰ ਭਾਈ ਕਿੱਥੇ ਫਾਂਸੀ ਦਿੱਤੀ ਗਈ? ਇਸਦਾ ਰਾਈਟ ਆਂਸਰ ਮੈਨੂੰ ਦੱਸ ਦਿਓ। ਤੇ ਦਿੱਤੀ ਕਿਉਂ ਗਈ ਸੀਗੀ? ਐਮ ਏ ਜੀ ਨਾਲ ਤੇ ਦਿੱਤੀ ਕਿਉਂ ਗਈ ਸੀਗੀ? ਮਦਨ ਲਾਲ ਢੀਂਗਰਾ ਨੂੰ ਫਾਂਸੀ ਦਿੱਤੀ ਕਾਹਦੇ ਵਾਸਤੇ ਗਈ ਸੀ ਤੇ ਕਿੱਥੇ ਦਿੱਤੀ ਗਈ ਸੀਗੀ? ਇਹ ਵੀ ਦੱਸ ਦਿਓ। ਇੱਕ ਨਾ ਤੁਹਾਡੇ ਵਾਸਤੇ ਹੋਮਵਰਕ ਦੇ ਵਿੱਚ ਕੁਐਸਚਨ ਹੈ, ਹੋਮਵਰਕ ਦੇ ਵਿੱਚ ਤੁਹਾਡੇ ਵਾਸਤੇ ਕੁਐਸਚਨ ਹੈ, ਮੇਰੇ ਮਾਇੰਡ ਦੇ ਵਿੱਚ ਆ ਗਿਆ, ਕਮੈਂਟ ਬਾਕਸ ਦੇ ਵਿੱਚ ਇਸਦਾ ਆਂਸਰ ਦੱਸਿਆ ਜੀ।
ਸਭ ਤੋਂ ਛੋਟੀ ਉਮਰ ਦੇ ਵਿੱਚ, ਸਭ ਤੋਂ ਛੋਟੀ ਉਮਰ ਦੇ ਵਿੱਚ ਜਾਂ ਇਹ ਕਹਿ ਸਕਦੇ ਹੋਰ ਸਭ ਤੋਂ ਪਹਿਲਾਂ ਸ਼ਹੀਦ ਹੋਣ ਵਾਲਾ ਜਿਹੜਾ ਰਿਕਾਰਡਸ ਦੇ ਵਿੱਚ ਆ, ਠੀਕ ਹੈ ਜੀ, ਕਿਹੜਾ ਭਾਰਤੀ ਸੀਗਾ ਜਿਹੜਾ ਦੇਸ਼ ਦੀ ਆਜ਼ਾਦ ਕਰਾਉਣ ਦੇ ਖਾਤਰ ਸ਼ਹੀਦ ਹੋਇਆ ਸੀਗਾ ਸਭ ਤੋਂ ਛੋਟੀ ਉਮਰ ਦੇ ਵਿੱਚ, ਠੀਕ ਹੈ ਜੀ, ਤੇ ਕਿਹੜਾ ਸੀਗਾ ਦੱਸ ਦਿਓ ਇਹ ਵੀ ਮੈਨੂੰ, ਕੀ ਆ ਤੁਸੀਂ ਕਮੈਂਟ ਬਾਕਸ ਵਿੱਚ ਦੱਸਿਆ ਜੇ। 17 ਦਾ ਇਹ ਕਹਿ ਰਹੇ ਹੋ, ਨਹੀਂ ਭਾਈ 17 ਦਾ ਇਹ ਨਹੀਂ ਹੈਗਾ, 17 ਦਾ ਇਹ ਕੀ ਕਹਿ ਰਹੇ ਹੋ, ਲੰਡਨ ਦੇ ਵਿੱਚ, ਹਾਂ ਲੰਡਨ ਦੇ ਵਿੱਚ 17 ਦਾ ਕੀ ਹੋਏਗਾ, 17 ਦਾ ਇਹ ਲੰਡਨ ਹੀ ਰਾਈਟ ਆਂਸਰ ਹੈਗਾ, ਠੀਕ ਹੈ ਜੀ। ਲੰਡਨ ਦੇ ਵਿੱਚ ਕੀ ਕੀਤਾ ਸੀਗਾ, ਇਸਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ, ਲਾਰਡ ਵਿਲੀਅਮ ਹੱਟ ਕਰਜਨ ਦੀ ਹੱਤਿਆ ਕਰਤੀ ਸੀ ਇਹਨਾਂ ਗੋਲੀ ਮਾਰ ਕੇ ਉਸ ਦਿਨ, ਠੀਕ ਹੈ ਜੀ। ਚਲੋ ਅੱਗੇ ਚਲੀਏ, 1919 ਵਿੱਚ ਪੰਜਾਬ ਦਾ ਲੈਫਟੀਨੈਂਟ ਗਵਰਨਰ ਕੌਣ ਸੀਗਾ, ਡੈਨਿਜ ਇਬਰਟਸਨ ਸੀਗਾ, ਜਨਰਲ ਡਾਇਰ ਸੀਗਾ, ਜੇਮਸ ਸੀਗਾ ਜਾਂ ਮਾਈਕਲ ਓਡਵਾਇਰ ਸੀਗਾ, ਠੀਕ ਹੈ ਜੀ, ਮਾਈਕਲ ਓਡਵਾਇਰ ਸੀਗਾ, ਟਿੰਗੜਾ ਮਦਨ ਲਾਲ ਟਿੰਗੜਾ, ਸੁਖਸਰ ਸੁਖਕੌਰ ਸਰ ਕੀ, ਹਾਂ ਮਦਨ ਲਾਲ ਟਿੰਗੜਾ ਸੀਗਾ, ਮਦਨ ਲਾਲ ਟਿੰਗੜਾ ਸੀਗਾ, ਨਹੀਂ ਭਾਈ ਮਦਨ ਲਾਲ ਟਿੰਗੜਾ ਨਹੀਂ ਸੀਗਾ, ਮੈਂ ਕਮੈਂਟ ਬਾਕਸ ਦੇ ਵਿੱਚ ਥੋੜ੍ਹਾ ਜਿਹਾ ਰਿਸਰਚ ਕਰਕੇ ਦੱਸਿਆ ਜੀ, ਠੀਕ ਹੈ ਜੀ, ਥੋੜ੍ਹਾ ਜਿਹਾ ਰਿਸਰਚ ਕਰਕੇ ਦੱਸਿਆ ਜੀ, ਠੀਕ ਹੈ ਜੀ, ਮਦਨ ਲਾਲ ਟਿੰਗੜਾ ਨਹੀਂ ਸੀਗਾ, ਹੋਰ ਪਰਸਨ ਸੀਗਾ, ਠੀਕ ਹੈ ਜੀ, ਮਦਨ ਲਾਲ ਟਿੰਗੜਾ ਨਹੀਂ ਸੀਗਾ, ਦੱਸ ਦਿਓ ਇਸਦਾ ਰਾਈਟ ਆਂਸਰ ਕੀ ਹੋਏਗਾ ਮੈਨੂੰ। 1919 ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਵਜੋਂ, ਠੀਕ ਹੈ ਜੀ, ਕਿਸ ਨੂੰ ਕੀਤਾ ਗਿਆ ਸੀਗਾ ਅਪੁਆਇੰਟਡ, 18 ਦਾ ਸੀ ਕਹਿ ਰਹੇ ਹੋ, ਮਾਈਕਲ ਓਡਵਾਇਰ, ਜੇ ਮਾਈਕਲ ਓਡਵਾਇਰ ਕਹਿ ਰਹੇ ਹੋ ਤਾਂ ਉਸ ਟਾਈਮ ਇਹ ਦੱਸੋ ਭਾਈ ਜਿਹੜਾ ਜਨਰਲ ਡਾਇਰ ਸੀ ਇਹ ਕੌਣ ਸੀਗਾ, ਕਿਉਂਕਿ ਪੇਪਰ ਦੇ ਵਿੱਚ ਐਗਜ਼ਾਮੀਨਰ ਦੋ ਕੁਐਸਚਨ ਹੀ ਘੁਮਾ ਕੇ ਪਾਉਂਦਾ ਤਾਂ ਸਟੂਡੈਂਟ ਕੀ ਹੁੰਦਾ ਕਨਫਿਊਜ਼ ਹੋ ਜਾਂਦਾ, ਜਿਹੜਾ ਨਵਾਂ ਸਟੂਡੈਂਟ ਹੁੰਦਾ ਉਹ ਕਨਫਿਊਜ਼ ਹੋ ਜਾਂਦਾ, ਜਿਹੜਾ ਕੜ ਕਰਕੇ ਤੇ ਰਾਹ ਕੱਢ ਕੇ ਪੇਪਰ ਦੇ ਚੁੱਕਿਆ ਨਾ ਉਹ ਕਦੇ ਕਨਫਿਊਜ਼ ਨਹੀਂ ਹੁੰਦਾ ਇਹਨਾਂ ਦੋ ਕੁਐਸਚਨਸ ਦੇ ਵਿੱਚ, ਠੀਕ ਹੈ ਜੀ। ਤਾਂ ਮੈਨੂੰ ਇਹ ਦੱਸ ਦਿਓ ਜਨਰਲ ਡਾਇਰ ਕੌਣ ਸੀਗਾ ਉਸ ਟਾਈਮ, ਸੁਭਾਸ਼ ਚੰਦਰ ਬੋਸ, ਨਹੀਂ ਭਾਈ ਤੁੱਕੇ ਨਾ ਲਾਓ, ਡਿਲੀਟ ਕਰੋ, ਠੀਕ ਹੈ, ਤੁੱਕੇ ਨਾ ਲਾਓ। ਤੇ ਇਹ ਵੀ ਮੈਂ ਦੱਸ ਦਿੰਦਾ, ਕੱਲ ਮੈਂ ਪੜ੍ਹਾ ਕੇ ਗਿਆ ਉਹਨਾਂ ਦੇ ਬਾਰੇ, ਕੱਲ ਦੇ ਕੁਐਸਚਨਸ ਦੇ ਵਿੱਚ ਮੈਂ ਪੜ੍ਹਾਇਆ ਕੱਲ ਉਹਨਾਂ ਦੇ ਬਾਰੇ, ਉਹਨਾਂ ਨੂੰ ਵੀ ਕੀ ਆ ਫਾਂਸੀ ਦਿੱਤੀ ਗਈ ਸੀ, ਹੁਣ ਤਾਂ ਇੰਨਾ ਆਈਡੀਆ ਤਾਂ ਬਹੁਤ ਹੈ, ਕੱਲ ਪੜ੍ਹਾ ਕੇ ਗਿਆ, ਠੀਕ ਹੈ ਜੀ। ਚਲੋ ਜੀ, ਇਸਦਾ ਰਾਈਟ ਆਂਸਰ ਕੀ ਹੋ ਜਾਏਗਾ, ਸੀ ਆਪਸ਼ਨ ਇਸਦਾ ਰਾਈਟ ਆਂਸਰ ਹੋ ਜਾਏਗਾ, ਮਾਈਕਲ ਅਡਵਾਇਰ, ਸੁਭਾਸ਼ ਚੰਦਰ ਬੋਸ, ਨਹੀਂ ਕੁਲਵਿੰਦਰ ਕੌਰ ਜੀ, ਸੁਭਾਸ਼ ਚੰਦਰ ਬੋਸ ਨੇ। ਸਰਕਾਰੀ ਕਮਿਸ਼ਨ ਜਾਣਿਆ ਜਾਂਦਾ ਹੈ, ਕੇਂਦਰ ਰਾਜ ਸੰਬੰਧਾਂ ਲਈ, ਪਾਣੀ ਦੇ ਝਗੜਿਆਂ ਦੇ ਲਈ, ਸਿੱਖਿਆ ਪ੍ਰਣਾਲੀ ਦੇ ਲਈ ਜਾਂ ਵਿੱਤੀ ਸੰਘਵਾਦ ਲਈ, ਇਹ ਕਾਹਦੇ ਲਈ ਜਾਣਿਆ ਜਾਂਦਾ ਹੈ, 19 ਨੰਬਰ ਦਾ ਮੈਨੂੰ ਰਾਈਟ ਆਂਸਰ ਦੱਸ ਦਿਓ, 19 ਦਾ ਰਾਈਟ ਆਂਸਰ ਦੱਸ ਦਿਓ, ਠੀਕ ਹੈ ਜੀ, 19 ਨੰਬਰ ਦਾ ਰਾਈਟ ਆਂਸਰ ਦੱਸ ਦਿਓ। ਉਹ ਨਹੀਂ ਆਓ ਭਾਈ, 23 ਸਾਲਾਂ 'ਚ ਸ਼ਹੀਦ ਹੋਇਆ ਸੀਗਾ ਭਗਤ ਸਿੰਘ, 23 ਜਾਂ 24 ਸਾਲ ਉਮਰ ਸੀਗੀ ਜਦੋਂ ਸ਼ਹੀਦ ਕੀਤਾ ਗਿਆ ਸੀਗਾ 1931 ਦੇ ਵਿੱਚ, ਠੀਕ ਹੈ ਜੀ। 19 ਦਾ ਇਹ ਕਹਿ ਰਿਹਾ, 19 ਦਾ ਇਹ ਕਹਿ ਰਿਹਾ, ਕੇਂਦਰ ਰਾਜ ਪ੍ਰਬੰਧਾਂ ਦੇ ਲਈ, ਸਰਕਾਰੀ ਕਮਿਸ਼ਨ ਬਣਾਇਆ ਕਾਹਦੇ ਵਾਸਤੇ ਗਿਆ ਸੀ ਇਹ ਵੀ ਦੱਸ ਦਿਓ ਮੈਨੂੰ, ਸਰਕਾਰੀ ਕਮਿਸ਼ਨ ਬਣਾਇਆ ਕਿਸ ਦੇ ਲਈ ਗਿਆ ਸੀਗਾ, ਠੀਕ ਹੈ ਜੀ, ਸਰਕਾਰੀ ਕਮਿਸ਼ਨ ਕਿਸ ਦੇ ਲਈ ਬਣਾਇਆ ਗਿਆ ਸੀਗਾ, ਕਰਤਾਰ ਸਿੰਘ ਸਰਾਭਾ, ਬਿਲਕੁਲ ਜਗਰੂਪ ਸਿੰਘ ਜੀ, ਰਾਈਟ ਆਂਸਰ ਕਰਤਾਰ ਸਿੰਘ ਸਰਾਭਾ, ਠੀਕ ਹੈ ਜੀ, ਬਿਲਕੁਲ ਰਾਈਟ ਆਂਸਰ ਜਗਰੂਪ ਸਿੰਘ ਜੀ, ਠੀਕ ਹੈ ਜੀ, ਸੈਂਟਰ ਸਟੇਟ ਰਿਲੇਸ਼ਨ ਜਗਰੂਪ ਸਿੰਘ ਜੀ, ਵੈਰੀ ਗੁੱਡ, ਬਿਲਕੁਲ ਰਾਈਟ ਆਂਸਰ, ਕਰਤਾਰ ਸਿੰਘ ਸਰਾਭਾ ਸੀਗਾ, 14 ਸਾਲ ਉਮਰ ਸੀ, ਮੈਂ ਉਹਨਾਂ ਦੀ 14 ਸਾਲ ਉਮਰ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ, ਠੀਕ ਹੈ ਜੀ, ਸ਼ਹੀਦ ਕੀਤਾ ਗਿਆ ਸੀ ਜਾਂ ਜਦੋਂ ਉਹਨਾਂ ਨੂੰ ਫਾਂਸੀ ਤੇ ਚਾੜਤਾ ਗਿਆ ਸੀਗਾ, ਠੀਕ ਹੈ ਜੀ, ਕਰਤਾਰ ਸਿੰਘ ਸਰਾਭਾ, ਹਰਪ੍ਰੀਤ ਬਰਾੜ, ਬਿਲਕੁਲ ਰਾਈਟ ਆਂਸਰ, ਕਰਤਾਰ ਸਿੰਘ
ਸਰਾਪਾ ਇਹ ਭਾਈ ਆਪਣਾ ਅੱਜ ਦਾ ਲਾਸਟ ਕੁਐਸਚਨ ਸੀਗਾ। ਇੱਕ ਕੁਐਸਚਨ ਗਲਤੀ ਦੇ ਨਾਲ ਸਕਿੱਪ ਹੋ ਗਿਆ, ਠੀਕ ਹੈ ਜੀ, ਟਾਈਪਿਸਟਾਂ ਦੇ ਵਿੱਚ ਆਇਆ ਨਹੀਂ ਗਾ, ਟਾਈਪਿੰਗ ਦੇ ਵਿੱਚ, ਠੀਕ ਹੈ ਜੀ। ਤੇ ਸਾਰੇ ਦੋਸਤਾਂ ਦਾ ਅੱਜ ਦੀ ਕਲਾਸ ਦੇ ਵਿੱਚ ਧੰਨਵਾਦ। ਅਜੇ ਜਾਇਆ ਜੇ ਨਾ ਇੱਕ ਗੱਲ ਸੁਣ ਕੇ ਜਾਓ, ਇੱਕ ਗੱਲ ਸੁਣ ਕੇ ਜਾਓ, ਅਜੇ ਜਾਇਆ ਜੇ ਨਾ, ਸਾਰੇ ਦੋਸਤਾਂ ਨੂੰ ਕਹਿ ਰਿਹਾ ਅਜੇ ਜਾਇਆ ਜੇ ਨਾ ਗੱਲ ਸੁਣ ਕੇ ਜਾਓ। ਕੀ ਆ, ਇੱਕ ਆਪਾਂ ਕੁਐਸਚਨ ਕੀਤਾ ਸੀਗਾ 1833 ਦੇ ਵਿੱਚ, ਠੀਕ ਹੈ ਜੀ, ਚਾਰਟਰ ਐਕਟ ਵਾਲਾ ਓਪਿਕਸ ਕਿਹੜਾ ਸੀਗਾ ਯਾਰ, ਮਾਈਂਡ ਵਿੱਚ ਮਿਲ ਗਿਆ, 1833 ਵਾਲਾ ਜਿਹੜਾ, ਠੀਕ ਹੈ ਜੀ, ਚਾਰਟਰ ਐਕਟ ਵਾਲਾ, ਪਿਟਸ ਇੰਡੀਆ ਐਕਟ ਸੀਗਾ। ਹਾਂ, ਪਿਟਸ ਇੰਡੀਆ ਐਕਟ ਸੀਗਾ। ਉਦੋਂ ਕੀ ਆ, ਮੈਂ ਗੱਲ ਕਰਵਾਈ ਸੀਗੀ ਆਪਣਾ ਜਿਹੜਾ ਉਸ ਟਾਈਮ ਤੇ ਗਵਰਨਰ ਜਨਰਲ ਸੀਗਾ ਨਾ, ਗਵਰਨਰ ਜਨਰਲ ਉਸ ਟਾਈਮ ਪਹਿਲਾਂ ਬੰਗਾਲ ਦਾ ਸੀਗਾ, ਠੀਕ ਹੈ ਜੀ, ਵਿਲੀਅਮ ਬੈਂਟਿੰਕ, ਕੌਣ ਸੀਗਾ, ਪਹਿਲਾਂ ਬੰਗਾਲ ਦਾ ਸੀਗਾ, ਉਸ ਤੋਂ ਬਾਅਦ ਕੀ ਉਹਨੂੰ ਗਵਰਨਰ ਜਨਰਲ ਆਫ ਇੰਡੀਆ ਬਣਾ ਦਿੱਤਾ ਗਿਆ ਸੀਗਾ 1833 ਦੇ ਵਿੱਚ, ਠੀਕ ਹੈ ਜੀ। ਤਾਂ ਜਿਹੜਾ ਗੱਲ ਆਪਾਂ ਕਰ ਰਹੇ ਸੀ ਐਕਟ ਦੀ, ਉਹ ਪਈ ਕੀ ਇਹ ਐਕਟ ਬਣ ਗਿਆ ਸੀਗਾ 1833 ਦੇ ਵਿੱਚ, ਸਲੇਵਸ ਵਾਲਾ, ਆਪਣੇ ਕੋਲ ਮੇਰੇ ਮਾਇੰਡ 'ਚ ਆ ਗਿਆ ਸਲੇਵਸ, ਅਬੋਲਿਸ਼ ਆਫ ਸਲੇਵ, ਗੁਲਾਮੀ ਵੰਸ਼ ਦਾ ਆਤਮ ਕਿਹੜੇ ਖਾਤਮਾ ਕਿਹੜੇ ਅੰਗਰੇਜ਼ ਦੇ ਦੁਆਰਾ ਕੀਤਾ ਗਿਆ ਸੀਗਾ, ਉਹ ਪਈ ਐਕਟ ਦਾ ਬਣ ਗਿਆ ਸੀਗਾ ਵਿਲੀਅਮ ਬੈਂਟਿੰਕ ਦੇ ਟਾਈਮ, ਠੀਕ ਹੈ ਜੀ। ਤੇ ਜੇਕਰ ਆਪਾਂ ਗੱਲ ਕਰੀਏ ਉਸਨੂੰ ਅਪਣਾਇਆ ਕਿਸ ਦੇ ਦੁਆਰਾ ਗਿਆ ਸੀਗਾ, ਤੇ ਕੱਲ ਪ੍ਰਿੰਕਾ ਰਾਣੀ ਦਾ ਬਿਲਕੁਲ ਰਾਈਟ ਆਂਸਰ ਸੀਗਾ, ਠੀਕ ਹੈ ਜੀ। ਉਸਦਾ ਨਾਮ ਸੀਗਾ ਲਾਰਡ ਐਨਰਬਰਗ, ਕੀ ਕਹਿ ਰਹੇ ਹੋ, ਥੈਂਕ ਯੂ, ਓਕੇ ਜੀ। ਕੌਣ ਸੀਗਾ ਜਿਸਨੇ ਮੰਨ ਕੇ ਚਲੋ ਲਾਗੂ ਕੀਤਾ ਸੀਗਾ, ਲਾਰਡ ਐਲਨਬਰਗ, ਠੀਕ ਹੈ ਜੀ, ਜਿਸਨੇ ਕੀ ਸੀਗਾ ਲਾਗੂ ਕੀਤਾ ਸੀਗਾ। ਪਰ ਕੀ ਇਹ ਵੀ ਮੈਂ ਵੀ ਆਦਿ ਜਗ੍ਹਾ ਤੇ ਠੀਕ ਸੀਗਾ ਜਿੱਥੇ ਮੈਂ ਪੜਿਆ ਨਾ, ਠੀਕ ਹੈ ਜੀ, ਮੈਂ ਕਹਿਣਾ ਇਹ ਸੀਗਾ ਵੀ ਐਕਟ ਕਿੰਨੇ ਦੁਆਰਾ ਬਣਾਇਆ ਗਿਆ। ਮੈਂ ਜੋ ਚੀਜ਼ ਮੰਨ ਕੇ ਚਲੋ ਰੀਡ ਆਊਟ ਕਰਕੇ ਆਇਆ ਸੀ ਜਾਂ ਜਿਸ ਚੀਜ਼ ਤੇ ਮੈਂ ਸਟੱਡੀ ਕੀਤੀ ਸੀਗੀ ਨਾ, ਮੈਂ ਕਹਿਣਾ ਇਹ ਸੀਗਾ ਵੀ ਗਵਰਨਰ ਜਨਰਲ ਆਫ ਇੰਡੀਆ ਸੀਗਾ ਜਿਹੜਾ, ਜਿਹੜਾ ਪਹਿਲਾ ਗਵਰਨਰ ਸੀਗਾ, ਠੀਕ ਹੈ ਜੀ, ਲਾਰਡ ਗਵਰਨਰ ਸੀਗਾ ਜਿਹੜਾ ਪਹਿਲਾ ਬੰਗਾਲ ਦਾ, ਠੀਕ ਹੈ ਜੀ, ਉਹਨੂੰ ਕੀ 1833 ਦੇ ਵਿੱਚ ਬ੍ਰਿਟੇਨ ਦੀ ਮਹਾਰਾਣੀ ਦੇ ਦੁਆਰਾ ਉਹਨੂੰ ਕੀ ਬਣਾ ਦਿੱਤਾ, ਗਵਰਨਰ ਜਨਰਲ ਆਫ ਇੰਡੀਆ ਬਣਾ ਦਿੱਤਾ, ਠੀਕ ਹੈ ਜੀ। ਐਕਟ ਬਣਿਆ ਸੀਗਾ ਉਦੋਂ 1833 ਦੇ ਵਿੱਚ, ਮੈਂ ਕਹਿਣਾ ਇਹ ਸੀਗਾ ਵੀ 1833 ਦੇ ਵਿੱਚ ਐਕਟ ਬਣਿਆ, ਤੇ ਮੇਰੇ ਜਵਾਨ ਦੇ ਵਿੱਚੋਂ ਇਹ ਚੀਜ਼ ਨਿਕਲ ਗਈ ਵੀ ਭਾਈ ਖਤਮ ਕੀਤਾ ਉਹਨੇ, ਲਾਰਡ ਵਿਲੀਅਮ ਬੈਂਟਿੰਕ ਨੇ ਖਤਮ ਕੀਤਾ, ਠੀਕ ਹੈ ਜੀ। ਬਸ ਇਸ ਚੀਜ਼ ਦੇ ਵਿੱਚ ਕਨਫਿਊਜ਼ ਸੀਗੇ ਸਾਰੇ ਦੋਸਤ, ਤੇ ਕਨਫਿਊਜ਼ਨ ਭਾਈ ਦੂਰ ਕਰ ਦਿੱਤੀ 1784 ਪਿਟਸ ਇੰਡੀਆ ਐਕਟ, ਨਹੀਂ 1884 ਨਹੀਂ, ਮੈਂ ਮਾਇੰਡ 'ਚ ਨਿਕਲ ਗਿਆ ਜੀ ਥੋੜ੍ਹਾ ਜਿਹਾ, ਪਿਟਸ ਇੰਡੀਆ ਐਕਟ ਸੀਗਾ ਕਿ ਪਿਟਸ ਇੰਡੀਆ ਐਕਟ ਸੀਗਾ ਸ਼ਾਇਦ। ਇੱਕ ਮਿੰਟ ਮੈਂ ਦੇਖ ਕੇ ਦੱਸ ਦਿੰਦਾ, ਪਿਟਸ ਇੰਡੀਆ ਐਕਟ ਨਹੀਂ ਸੀਗਾ ਉਹ, ਪਿਟਸ ਇੰਡੀਆ ਐਕਟ ਨਹੀਂ ਸੀਗਾ, ਉਸਨੂੰ ਕਿਸੇ ਹੋਰ ਨਾਂ ਦੇ ਨਾਲ ਜਾਣਿਆ ਜਾਂਦਾ। ਚਲੋ ਜੋ ਵੀ ਕੁਐਸਚਨ ਸੀਗਾ ਤੁਸੀਂ ਦੇਖ ਲਿਆ, ਠੀਕ ਹੈ ਜੀ, ਮੇਰੇ ਮਾਇੰਡ 'ਚ ਸਕਿੱਪ ਹੋ ਗਿਆ, ਠੀਕ ਹੈ ਜੀ, ਚਲੋ ਓਕੇ ਓਕੇ ਜੀ, ਕੱਲ੍ਹ ਗੱਲ, ਓਕੇ ਜੀ, ਕੋਈ ਗੱਲ ਨਹੀਂ ਸਰ, ਓਕੇ ਜੀ, ਓਕੇ, ਧੰਨਵਾਦ, ਠੀਕ ਹੈ ਜੀ। ਮਾਇੰਡ 'ਚ ਸਕਿੱਪ ਹੋ ਗਿਆ ਕਿਸ ਦੇ ਬਾਰੇ ਆਪਾਂ ਗੱਲ ਕਰਨੀ ਸੀਗੀ, ਠੀਕ ਹੈ, ਮਾਇੰਡ 'ਚ ਠੀਕ ਸੀਗਾ। ਚਲੋ ਕੋਈ ਨਹੀਂ, ਕੱਲ੍ਹ ਨੂੰ ਮਿਲਾਂਗੇ ਆਪਾਂ ਨਵੇਂ ਕੁਐਸਚਨ ਦੇ ਨਾਲ, ਇਹੋ ਟਾਈਮ 'ਤੇ ਭਾਈ 8 ਵਜੇ ਤੋਂ ਕਿਸੇ ਨੇ ਲੇਟ ਨਹੀਂ ਹੋਣਾ, ਠੀਕ ਹੈ ਜੀ, 8 AM ਤੋਂ ਕਿਸੇ ਨੇ ਲੇਟ ਨਹੀਂ ਹੋਣਾ, ਠੀਕ ਹੈ ਜੀ। ਅਤੇ ਇੱਕ ਸ਼ਾਮ ਨੂੰ ਆਪਣੀ ਰੀਜਨਿੰਗ ਦੀ ਕਲਾਸ ਹੁੰਦੀ ਆ 6 ਵਜੇ, ਜਿਸ ਦੇ ਵਿੱਚ ਕੱਲ੍ਹ ਡਾਈਸ ਕਰਵਾਇਆ ਸੀਗਾ, ਠੀਕ ਹੈ ਜੀ। ਤਾਂ ਜੇਕਰ ਅੱਜ ਤਬੀਅਤ ਬਿਲਕੁਲ ਓਕੇ ਹੋਈ ਤੇ ਅੱਜ ਡਾਈਸ ਦੀ ਸੈਕਿੰਡ ਕਲਾਸ ਲਾਵਾਂਗੇ, ਤੇ ਸਾਰੇ ਦੋਸਤਾਂ ਨੇ ਕੀ ਕਰਨਾ, ਇਸ ਕਲਾਸ ਨੂੰ ਸ਼ੇਅਰ ਕਰਨਾ, ਤੇ ਨਾਲ ਦੀ ਨਾਲ ਸ਼ਾਮ ਨੂੰ 6 ਵਜੇ ਵਾਲੀ ਕਲਾਸ ਵੀ ਸ਼ੇਅਰ ਕਰਨੀ ਆ, ਠੀਕ ਹੈ ਜੀ। ਚਲੋ ਜੀ, ਮਿਲਾਂਗੇ ਕੱਲ, ਓਕੇ ਸਰ, ਚਲੋ ਜੀ।